ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਅੱਜ ਦਾ ਮੁੱਦਾ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਦੇਸ਼ ਦੇ ਵਿੱਚ ਹਾਕੀ ਪੂਜੀ ਜਾਂਦੀ ਰਹੀ ਹੈ ਹੁਣ ਹਾਕੀ ਦੇ ਕੀ ਹਾਲ ਹੈ ਟੋਕੀਓ 올림픽 ਤੋਂ ਬਾਅਦ ਇੱਕ ਵਾਰ ਫਿਰ ਚਰਚਾ ਛੜੀ ਹੈ ਕਿ ਹਾਕੀ ਦੀ ਗੱਲ ਹੋਣੀ ਚਾਹੀਦੀ ਹੈ ਹਰ ਗਲੀ ਮੁਹੱਲੇ ਵਿੱਚ ਪਿੰਡਾਂ ਦੀਆਂ ਸੱਥਾਂ ਵਿੱਚ ਚੱਕ ਦੇ ਇੰਡੀਆ ਦੀ ਗੱਲ ਹੋ ਰਹੀ ਹੈ ਪਰ ਹੁਣ ਰੀਅਲ ਚੱਕ ਦੇ ਇੰਡੀਆ ਜਿਹੜਾ ਉਹ ਆਪਣੇ ਰੋਂ ਵਿੱਚ ਹੈ ਮੈਦਾਨ ਫਤਿਹ ਕਰਨ ਲੱਗਿਆ ਚਾਹੇ ਉਹ ਸਾਡੇ ਨੌਜਵਾਨ ਹੋਣ ਚਾਹੇ ਮਟਿਆਰਾ ਹੋਣ ਹਰ ਕੋਈ ਹਾਕੀ ਦੇ ਵਿੱਚ ਮੱਲਾ ਮਾਰਨ ਨੂੰ ਤਿਆਰ ਬੈਠਾ ਹੈ ਉਹਨਾਂ ਲਈ ਕਿਹੜੀ ਨੀਤੀ ਹੈ ਜਿਹੜੀਆਂ ਅੱਜ ਨੀਤੀਆਂ ਦੱਸੀਆਂ ਜਾ ਰਹੀਆਂ ਕਿ ਉਹਨਾਂ ਨੀਤੀਆਂ ਦੀ ਵਜ੍ਹਾ ਕਰਕੇ ਇਹ ਖਿਡਾਰੀ ਚਾਰ ਦਹਾਕੀਆਂ ਦਾ ਜਿਹੜਾ ਸੋਕਾ ਹੈਗਾ ਉਹਨੂੰ ਖਤਮ ਕਰਨ ਦੇ ਲਈ ਜਦੋਂ ਜੈਦ ਕਰ ਰਹੇ ਨੇ ਜਾਂ ਇਹ ਖਿਡਾਰੀਆਂ ਨੇ ਆਪਦੇ ਬੂਤੇ ਤੇ ਸਭ ਕੁਝ ਕੀਤਾ ਹੈ ਜਾਂ ਇਹਨਾਂ ਵਿੱਚ ਜਿਹੜਾ ਟ੍ਰੇਨਿੰਗ ਸਟਾਫ ਹੈਗਾ ਕੋਚ ਹੈ ਜਾਂ ਜਿਹੜੀ ਪੂਰਾ ਸਪੋਰਟ ਸਟਾਫ ਹੈ ਉਹਨਾਂ ਦੀ ਮਿਹਨਤ ਕਿੰਨੀ ਮਿਹਨਤ ਹੈ ਕੀ ਹੈ ਇਹ ਸਾਰੇ ਸਵਾਲ ਹੁਣੇ ਲਾਜ਼ਮੀ ਹੈ ਜੇ ਅੱਜ ਜਿਹੀ ਇਹ ਸਵਾਲ ਨਾ ਪੁੱਛੇ ਤਾਂ ਖੇਡਾਂ ਵਿੱਚ ਸ਼ਾਇਦ ਅਸੀਂ ਬਹੁਤ ਪਿੱਛੜ ਜਾਵਾਂਗੇ ਸਾਡੇ ਮੀਡੀਆ ਤੇ ਵੀ ਸਵਾਲ ਹੈ ਤੇ ਸਾਡੇ ਸਪਾਂਸਰਸ ਤੇ ਵੀ ਸਵਾਲ ਹੈ ਕਿ ਉਹਨਾਂ ਨੂੰ ਇਹ ਸਵੈਪੜਚੋਲ ਕਰਨੀ ਚਾਹੀਦੀ ਹੈ ਕਿ ਅਸੀਂ ਹਾਕੀ ਦੇ ਬਾਰੇ ਕਿੰਨੀ ਗੱਲ ਕਰਦੇ ਹਾਂ ਬਾਕੀ ਗੇਮਾਂ ਦੀਆਂ ਕਿੰਨੀਆਂ ਗੱਲਾਂ ਕਰਦੇ ਹਾਂ ਬਾਕੀ ਗੇਮਸ ਨੂੰ ਕਿੰਨਾ ਪੁੱਛਦੇ ਹਾਂ ਤੇ ਹੋਕੀ ਦੀ ਗੱਲ ਕਿੰਨੀ ਕਰਦੇ ਆ ਕੀ ਸਿਰਫ ਉਹਦੇ ਹੀ ਗੱਲ ਕਰਦੇ ਆ ਜਦੋਂ ਕੋਈ ਮੈਡਲ ਆਉਂਦਾ ਜਾਂ ਮੈਡਲ ਦੀ ਉਮੀਦ ਜਾਗਦੀ ਆ ਉਸ ਤੋਂ ਅੱਗੇ ਪਿੱਛੇ ਵੀ ਕਦੇ ਗੱਲ ਕਰਦੇ ਆ ਇਹਨਾਂ ਖਿਡਾਰੀਆਂ ਦੇ ਹਾਲਾਤ ਕੀ ਆ ਸਾਰੇ ਸਵਾਲ ਹੋਣੇ ਲਾਜ਼ਮੀ ਆ ਪਰ ਕੋਸ਼ਿਸ਼ ਕਰਾਂਗੇ ਕੋਈ ਸਵਾਲਾਂ ਦੇ ਜਵਾਬ ਅੱਜ ਦੇ ਮਹਿਮਾਨ ਤੋਂ ਲੈ ਸਕੀਏ ਅਸੀਂ ਇੱਕੋ ਸਵਾਲ ਪੁੱਛਾਂਗੇ ਇਹਨਾਂ ਨੂੰ ਟੋਕੀਓ ਤੋਂ ਹਾਕੀ ਕੀ ਲਿਆ ਅੱਜ ਦਾ ਮੁੱਦਾ ਕੀ ਹੈ ਪੁਆਇੰਟਰਸ ਕਿਹੜੇ ਕਿਹੜੇ ਤੰਦਾਸੀ ਹੈ ਹਾਕੀ ਅਤੇ ਭਾਰਤ ਟੋਕੀਓ 올림픽ਸ ਵਿੱਚ ਹਾਕੀ ਟੀਮਾਂ ਦੇ ਪ੍ਰਦਰਸ਼ਨ ਤੇ ਚਰਚਾ ਛੜੀ ਹੈ ਹਰ ਗਲੀ ਮਹੱਲੇ ਵਿੱਚ ਚਰਚਾ ਹੋ ਰਹੀ ਹੈ ਭਾਰਤੀ ਹਾਕੀ ਦਾ ਸ਼ਾਨਦਾਰ ਦੌਰ ਪਰਤੰਦੀਆਂ ਆਸਾਂ ਜਕੀਆਂ ਕਿਉਂਕਿ 8 ਵਾਰ ਦੀ 골ਡ ਮੈਡਲਿਸਟ ਹੈ ਪੁਰਸ਼ਾਂ ਦੀ ਪੁਰਸ਼ਾਂ ਦੀ ਜਿਹੜੀ ਟੀਮ ਹੈ ਤੇ ਉਹ ਦੌਰ ਆ ਜਿਹੜਾ ਕੀ ਵਾਪਸ ਪਰ ਸਕਦਾ ਹੈ 12 ਮੈਡਲ ਜਿਹੜੇ ਉਹ ਕੁਝ ਹੋਰ ਦਵਾ ਸਕਦੇ ਆ ਬਹੁਤ سارے ਸਵਾਲੇ ਖੜੇ ਹੋ ਕੇ ਆ ਪੁਰਸ਼ ਤੇ ਮਹਿਲਾ ਹਾਕੀ ਦਾ ਟਾਪ 4 ਵਿੱਚ ਆਉਣਾ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ਮਾਸਕੋ 올림픽ਸ ਤੇ 41 ਸਾਲ ਬਾਅਦ ਹਾਕੀ ਚ ਮੈਡਲ ਆਇਆ ਪੁਰਸ਼ ਹਾਕੀ ਚ ਮੈਡਲ ਆਇਆ ਕੁੜੀਆਂ ਜਿਹੜੀਆਂ 4 ਨੰਬਰ ਤੇ ਆਈਆਂ ਇਹ ਵੀ ਮਾਸਕੋ 올림픽 ਤੋਂ ਬਾਅਦ ਸਭ ਕੁਝ ਹੋਇਆ ਮੈਲਾ ਹਾਕੀ ਦਾ ਪਹਿਲੀ ਵਾਰ ਸੈਮੀਫਾਈਨਲ ਖੇਡਣਾ ਇਤਿਹਾਸਿਕ ਮੰਨਿਆ ਜਾ ਰਿਹਾ ਕਿ ਬਹੁਤ ਵੱਡੀ ਪ੍ਰਾਪਤੀ ਹੈ ਇਹਦੇ ਵਿੱਚ ਸ਼ਾਬਾਦ ਦਾ ਬਹੁਤ ਵੱਡਾ ਰੋਲ ਆ ਉਸ ਨੂੰ ਪਾਸੇ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਜਿਸ ਤਰੀਕੇ ਨਾਲ ਝੁੱਗੀ ਝੌਂਪੜੀਆਂ 'ਚ ਰਹਿਣ ਵਾਲੀਆਂ ਕੁੜੀਆਂ ਨੇ ਆਪਣਾ ਨਾਮ ਦਰਜ ਕਰਾਇਆ ਦੁਨੀਆ ਦੇ ਨਕਸ਼ੇ ਤੇ ਉਹਨਾਂ ਦੀ ਗੱਲ ਕਰਨੀ ਵੀ ਲਾਜ਼ਮੀ ਬਣਦੀ ਹੈ ਸਰਕਾਰਾਂ ਵੱਲੋਂ ਹਾਕੀ 올ਿਪੀਅਸਲੀ ਵੱਡੇ ਵੱਡੇ ਐਲਾਨ ਕੀਤੇ ਕਿਹਾ ਦੇਸ਼ ਭਰ ਦੇ ਗਲੀ ਮੁਹੱਲਿਆਂ ਸੱਥਾਂ ਚ ਚੱਕ ਦੇ ਇੰਡੀਆ ਦੀ ਗੂੰਜ ਹੋ ਰਹੀ ਹੈ ਇਹ ਚੱਕ ਦੇ ਇੰਡੀਆ ਉਸ ਫਿਲਮ ਦੀ ਗੱਲ ਨਹੀਂ ਹੋ ਰਹੀ ਚੱਕ ਦੇ ਇੰਡੀਆ ਰੀਅਲ ਦੇ ਵਿੱਚ ਜਿਹੜਾ ਗਲੀ ਮੁਹੱਲਿਆਂ ਦੇ ਵਿੱਚ ਹਾਕੀ ਖੇਡਦਾ ਹੋਇਆ ਜਿਹੜੇ ਕਾ ਦੀਆਂ ਮਕਾ ਦੇ ਮੈਦਾਨਾਂ ਤੇ ਹੋਕੀ ਖੇਡਦਾ ਹੋਇਆ ਅੱਜ ਤੱਕ ਕਿਵੇਂ ਪਹੁੰਚਿਆ ਇਹ ਉਹਨਾਂ ਨੂੰ ਪਤਾ ਉਹਨਾਂ ਦੀ ਸੰਘਰਸ਼ ਦੀ ਕਹਾਣੀ ਉਹਨਾਂ ਨੂੰ ਪਤਾ ਜਾਂ ਉਹਨਾਂ ਦੇ ਮਾਪਿਆਂ ਨੂੰ ਪਤਾ ਕਿਵੇਂ ਉਹ ਸਾਈਕਲਾਂ ਤੇ ਰਕਸ਼ੀਆਂ ਤੇ ਬੱਸਾਂ ਤੇ ਜਾ ਜਾ ਕੇ ਆਪਣੇ ਮੈਦਾਨਾਂ ਤੱਕ ਪਹੁੰਚ ਕਰਦੇ ਸਾਬਕਾ ਹਾਕੀ ਖਿਡਾਰੀ ਭਾਵਕ ਹੋਏ ਆ ਸਾਡੇ ਕਈ ਖਿਡਾਰੀਆਂ ਨਾਲ ਗੱਲ ਹੋਈ ਹੈ ਉਹ ਭਾਵਕ ਨਜ਼ਰ ਆਇਆ ਕਹਿੰਦੇ ਪਿਵੇਖ ਦਾ ਹੁਣ ਸੁਨਹਿਰਾ ਦੌਰ ਆ ਜਿਹੜਾ ਸਾਨੂੰ ਲੱਗਦਾ ਕਿ ਪਰਤ ਗਿਆ ਉਹ ਭਾਵਕ ਹੋ ਕੇ ਸੋਚ ਰਿਹਾ ਪਰ ਇਮੋਸ਼ਨਲ ਇਮੋਸ਼ਨਸ ਤੇ ਜਿਹੜੀ ਰਿਐਲਿਟੀ ਆ ਉਹਦੇ ਵਿੱਚ ਬਹੁਤ ਫਰਕ ਹੁੰਦਾ ਉਸ ਰਿਐਲਿਟੀ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਵੀਨ ਪਟਨਾਇਕ ਦੀ ਛਲਾਗਾ ਹੋ ਰਹੀ ਆ ਨਵੀਨ ਪਟਰਾਇ ਦੇ ਦੀ ਛਲਾਗਾ ਇਸ ਕਰਕੇ ਹੋ ਰਹੀ ਆ ਹਾਕੀ ਦੇ ਸਪான்ਸਰ ਨੇ 오ਡੀਸ਼ਾ ਸਰਕਾਰ ਤੇ ਨਵੀਨ ਪਟਨਾਇਕ ਨੇ ਉਦੋਂ ਹਾਕੀ ਦਾ ਹੱਥ ਫੜਿਆ ਸੀਗਾ ਜਦੋਂ ਸਾਰਿਆਂ ਨੇ ਛੱਡ ਦਿੱਤਾ ਸੀਗਾ ਤੇ ਨਵੀਨ ਪਟਰਾਇਕ ਦੀ ਹੁਣ ਚਰਚਾ ਹੋਣੀ ਲਾਜ਼ਮੀ ਆ ਪ੍ਰਧਾਨ ਮੰਤਰੀ ਗੱਲਬਾਤ ਕਰ ਰਿਹਾ ਦੋਵਾਂ ਟੀਮਾਂ ਨਾਲ ਗੱਲ ਕੀਤੀ ਹੈ ਹੌਸਲਾ ਫਸਾਈ ਦਿੱਤੀ ਹੈ ਪਰ ਸਵਾਲ ਇਹ ਹੈਗਾ ਕਿ ਸਿਆਸਤ ਨੂੰ ਕਿਹੜੀ ਨੀਤੀ ਤੇ ਕੰਮ ਕਰਨਾ ਚਾਹੀਦਾ ਨਵੀਨ ਪਟਰਾਇਕ ਵਾਲੀ ਨੀਤੀ ਤੇ ਜਾਂ ਹੋਣ ਜਿਹੜੀ ਸਿਆਸਤ ਕੰਮ ਕਰਦੀ ਪਈ ਹੈ ਉਸ ਤੇ ਵੀ ਸਵਾਲ ਹੋਣੇ ਚਾਹੀਦੇ ਆ ਕਿਉਂਕਿ ਸਿਆਸਤ ਹਰ ਚੀਜ਼ ਦਾ ਸਿਹਰਾ ਤਾਂ ਲੈਂਦੀ ਆ ਪਰ ਨੀਤੀ ਕਿਹੜੀ ਆ ਸਵਾਲੇ ਵੀ ਆ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੋਣਗੇ ਪਹਿਲਾਂ ਉਹਨਾਂ ਦੇ ਬਾਰੇ ਜੇ ਮੈਂ ਥੋੜਾ ਜਿਕਰ ਕਰਾਂ ਤਾਂ ਮੈਂ ਦੱਸਣ ਵਿੱਚ ਖੁਸ਼ੀ ਮਹਿਸੂਸ ਕਰ ਰਿਹਾ ਕਿ ਤਕਰੀਬਨ ਉਹਨਾਂ ਦੇ 100 ਕਮਾਂਤਰੀ ਖਿਡਾਰੀ ਹੈ ਜਿਹੜੇ ਉਹਨਾਂ ਦੀ ਸਖਲਾਈ ਦੇ ਤਹਿਤ ਜਿਨ੍ਹਾਂ ਨੇ ਦੇਸ਼ ਦਾ ਝੰਡਾ ਬੁਲੰਦ ਕੀਤਾ ਉਹਨਾਂ ਵਿੱਚੋਂ 10 ਤੋਂ 15 ਖਿਡਾਰੀ ਇਹੋ ਜਿਹੇ ਨੇ ਜਿਨ੍ਹਾਂ ਨੇ 올림픽 ਦੇ ਵਿੱਚ ਹਿੱਸਾ ਲਿਆ ਇਹਨਾਂ ਵਿੱਚੋਂ ਤਕਰੀਬਨ 5-6 ਖਿਡਾਰੀ ਅਰਜੁਨਾ ਵਾਢੀ ਹੈ ਇਸ ਤੋਂ ਇਲਾਵਾ ਇਹ ਐਨਆਈਐਸ ਦੇ ਵਿੱਚ ਚੀਫ ਕੋਚ ਰਹੇ ਆ ਖੇਲੋ ਇੰਡੀਆ ਦੇ ਡਾਇਰੈਕਟਰ ਰਹੇ ਆ ਭਾਰਤੀ ਜਿਹੜੀ ਜੂਨੀਅਰ ਟੀਮ ਹੈ ਉਸ ਦੇ ਕੋਚ ਰਹੇ ਆ ਜਿਹੜੀ ਮਹਿਲਾ ਹਾਕੀ ਟੀਮ ਹੈ ਉਸ ਦੇ ਕੋਚ ਰਹੇ ਆ ਤੇ 32 ਸਾਲ ਇਹਨਾਂ ਦਾ ਕੋਚਿੰਗ ਦਾ ਤਜਰਬਾ ਤੇ ਟ੍ਰਾਈਬਲ ਪਲੇਅਰਸ ਦਾ ਜਿਹੜੇ ਉਹਨਾਂ ਦੇ ਬਾਰੇ ਵਿੱਚ ਰਿਸਰਚ ਕੀਤੀ ਹੈ ਦਲੀਪ ਟਰਕੀ ਵਰਗੇ ਜਿਹੜੇ ਖਿਡਾਰੀ ਹੈ ਜਿਨ੍ਹਾਂ ਨੇ ਦੇਸ਼ ਦਾ ਨਾਮ ਹੈ ਜਿਹੜਾ ਦੁਨੀਆ ਦੇ ਨਕਸ਼ੇ ਤੇ ਪਹੁੰਚਾਇਆ ਉਹ ਇਹਨਾਂ ਦੇ ਕੋਲੇ ਖੇਡੇ ਹੈ ਗਗਨਜੀਤ ਹੋਰ ਕਿੰਨੇ ਖਿਡਾਰੀਆਂ ਦਾ ਮੈਂ ਨਾਮ ਲੈ ਸਕਦਾ ਹੈ ਜਿਨ੍ਹਾਂ ਦਾ ਜ਼ਿਕਰ ਇਹਨਾਂ ਦੇ ਨਾਲ ਹੁੰਦਾ ਤੇ ਇਹ ਵਾਹਿਦ ਉਹ ਖਿਡਾਰੀ ਤੇ ਕੋਚ ਨੇ ਜਿਹੜੇ ਖੇਡ ਦੇ ਵਿੱਚ ਵੀ ਜਿਨ੍ਹਾਂ ਨੂੰ ਹਾਈਐਸਟ ਅਵਾਰਡ ਮਿਲਿਆ ਦਰੁਣਾਚਰ ਅਵਾਰਡ ਤੇ ਜਿਨ੍ਹਾਂ ਨੇ ਐਜੂਕੇਸ਼ਨ ਦੇ ਵਿੱਚ ਅ ਡਿਗਰੀ ਵੱਡੀ ਹਾਸਲ ਕੀਤੀ ਹੈ ਪੀ ਐਸ ਡੀ ਨੇ ਡਾਕਟੋਰੇਟ ਨੇ ਡਾਕਟਰ ਅਜੀਤ ਕੁਮਾਰ ਬਾਂਸਲ ਬਹੁਤ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕੇ ਪੀ ਜੀ ਮੈਨੂੰ ਪ੍ਰੋਗਰਾਮ ਚ ਬੁਲਾਉਣ ਵਾਸਤੇ ਔਰ ਇਹ ਜਿਹੜੇ ਤੁਹਾਡਾ ਇਹ ਪ੍ਰੋਗਰਾਮ ਹੈ ਮੁੱਦਾ ਤੇ ਇਹ ਬਹੁਤ ਸਹੀ ਟਾਈਮ ਤੇ ਤੁਸੀਂ ਜਿਹੜਾ ਹੈ ਇਹਨੂੰ ਅੱਜ ਕਰ ਰਹੇ ਹੋ ਔਰ ਇਹ ਸਾਰੀ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਹੁਣ ਕਹਿ ਰਹੇ ਸੀ ਕਿ ਸਾਨੂੰ ਬਹੁਤ ਸੋਚਣਾ ਹੈ ਸਿਰਫ ਇਸ ਜਿਸ ਤਰ੍ਹਾਂ ਅਸੀਂ ਪਿੱਛੇ ਸਾਡੇ 80 ਪਹਿਲਾਂ ਮੈਡਲ ਹੁੰਦੇ ਸੀ 올림픽 ਦੇ ਬਿਫੋਰ ਮੈਂ ਗੱਲ ਕਰਦਾ 80 ਤੋਂ ਪਹਿਲਾਂ ਦੀ ਜੀ ਤੋਂ ਉਸ ਤੋਂ ਬਾਅਦ 80 ਦਾ ਮੈਡਲ ਆਇਆ ਔਰ 80 ਤੋਂ ਬਾਅਦ ਫਿਰ ਕੋਈ ਮੈਡਲ ਨਹੀਂ ਆਇਆ 40 41 ਸਾਲ ਤੇ ਸਾਨੂੰ ਸਿਰਫ ਉਹੀ ਨਹੀਂ ਸੋਚਣਾ ਕਿ ਅਸੀਂ ਪਿੱਛੇ ਕੀ ਕੀਤਾ ਅਸੀਂ ਇਹਨੇ ਮੈਡਲ ਸੀ ਸਾਡਾ 골ਡ ਮੈਡਲ ਸੀ ਇਹ ਸੀ ਉਹ ਸੀ ਸਾਨੂੰ ਹੁਣ ਅੱਗੇ ਦੇ ਬਾਰੇ ਸੋਚਣਾ ਹੈ ਔਰ ਇੱਕ ਰਾਹ ਥੋੜੀ ਜੀ ਨਿਕਲਦੀ ਨਜ਼ਰ ਆ ਰਹੀ ਹੈ ਜਿਹੜੇ ਉਹਨੇ ਰਿਜ਼ਲਟ ਹੋਏ ਨੇ ਦੋਨੋਂ ਮੁੰਡਿਆਂ ਤੇ ਕੁੜੀਆਂ ਦੇ ਦੋਹਾਂ ਦੇ ਇਸ 올림픽 ਚ ਤੇ ਇੱਕ ਰਾਹ ਥੋੜੀ ਜੀ ਨਿਕਲਦੀ ਨਜ਼ਰ ਆ ਰਹੀ ਹੈ لیکن اجے ਅਸੀਂ ਇਹਨੂੰ ফাইনل ਮੰਨ ਕੇ ਨਾ ਬੈਠ ਜਾਈਏ ਕਿ ਅਸੀਂ ਬਹੁਤ ਤਕੜੇ ਹੋਏ ہیں ਬਹੁਤ ਸਾਡੀ ਟੀਮਾਂ ਜਿਹੜੀਆਂ ਬਹੁਤ ਅੱਛੀ ਹੋ ਗਈਆਂ ਤੇ ਸਾਨੂੰ ਬੜਾ ਕੁਝ ਕਰਨਾ ਹੈ ਇਹਦੇ ਬਾਰੇ ਔਰ ਇਹ ਸੋਚ ਕੇ ਅੱਗੇ ਚੱਲਣਾ ਹੈ ਕਿ ਅੱਗੇ ਵੀ ਇਹਨੂੰ مینٹین ਕਰਨਾ ਹੈ ਜੀ ਬਾਂਸਰ ਸਾਹਿਬ ਮੈਂ ਤੁਹਾਡੇ ਬਾਰੇ ਵੀ ਬਹੁਤ ਜ਼ਿਆਦਾ ਜ਼ਿਕਰ ਕਰ ਸਕਦਾ ਹਾਂ ਪਰ ਮੈਨੂੰ ਲੱਗਦਾ ਕਿ ਵਕਤ ਮੁੱਕ ਜਾਊਗਾ ਜੇ ਮੈਂ ਤੁਹਾਡੀਆਂ ਪ੍ਰਾਪਤੀਆਂ ਦਾ ਕਲਾ ਜ਼ਿਕਰ ਕਰਦਾ ਰਹਾ ਤੇ ਜੋ ہاکی ਦੀਆਂ ਪ੍ਰਾਪਤੀਆਂ ਉਹਦੇ ਬਾਰੇ ਵਕਤ ਮੁੱਕ ਜਾਊਗਾ ਪਰ ਹੁਣ ਜਿਹੜਾ ਅੱਗੇ ਦੇਖਣ ਜਰੂਰ ਥੈ ਗਿਆ ਵੰਸਾ ਸਾਹਿਬ ਤੁਸੀਂ ਸਹੀ ਕਿਹਾ ਕੋਸੇ ਸਵਾਲ ਇਹ ਹੈਗਾ ਕਿ ਜਿਹੜੀ ਮੁੰਡਿਆਂ ਦੀ ਹਾਕੀ ਟੀਮ ਹੈ ਤੇ ਕੁੜੀਆਂ ਦੀ ਹਾਕੀ ਟੀਮ ਹੈ ਦੋਨਾਂ ਦਾ ਕੰਪੈਰੀਜ਼ਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਪਹਿਲਾ ਸਵਾਲ ਤੇ ਮੇਰੇ ਹੈ ਸਰ ਇਹ ਜਿਹੜਾ ਹੈ ਨਾ ਸਿਰਫ ਹਾਕੀ ਦੀ ਗੱਲ ਨਹੀਂ ਹੈ ਇਹ ਈਵਨ ਜਿਹੜਾ ਸਾਡੇ ਬਹੁਤ ਪੌਪੂਲਰ ਮੰਨਿਆ ਜਾਂਦਾ ক্রিকেট ਤੁਸੀਂ ਦੇਖਦੇ ਹੋਣੇ ਉਹਦੇ ਵਿੱਚ ਵੀ ਇਹ ਸਾਰੀ ਚਰਚਾ ਚੱਲਦੀ ਰਹਿੰਦੀ ਹੈ ਕਿ ਮੁੰਡਿਆਂ ਦੀ ਟੀਮ ਤੇ ਕੁੜੀਆਂ ਦੀ ਟੀਮ ਤੇ ਨਾਲੇ ਫਿਰ ਇਹ ਵੀ ਚਰਚਾ ਦਾ ਮੁੱਦਾ ਬੇਸ਼ੱਕ ਇਹ ਬਹੁਤ ਵੱਡਾ ਹੁੰਦਾ ਹੈ ਕਿ ਭਾਈ ਉਹਨਾਂ ਨਾਲ ਥੋੜੀ ਜੀ ਮੁੰਡਿਆਂ ਦੀ ਟੀਮ ਜਿਹੜੀ ਹੈ ਉਹਦੇ ਨਾਲ ਥੋੜੀ ਜੀ ਫੇਵਰਿਜ਼ਮ ਹੁੰਦੀ ਕਿ ਉਹਨੂੰ ਜ਼ਿਆਦਾ ਸਭ ਕੁਝ ਮਿਲਦਾ ਹੈ ਔਰ ਸਾਰੀ ਚੀਜ਼ਾਂ ਤੇ ਇਸੇ ਤਰ੍ਹਾਂ ਹਾਕੀ ਵਿੱਚ ਵੀ ਹੈ ਲੇਕਿਨ ਹਾਕੀ ਵਿੱਚ ਜਦੋਂ ਸਾਡੀ ਨੈਸ਼ਨਲ ਟੀਮ ਦੀ ਗੱਲ ਆਉਂਦੀ ਹੈ ਤੇ ਸਾਨੂੰ ਜਿੱਥੇ ਤੱਕ ਮੇਰਾ ਤਾਲੁਕਾ ਮੇਰੇ ਹੋ ਰਿਹਾ ਹੈ ਕੀ ਇੰਨਾ ਓਨੀ ਟ੍ਰੇਨਿੰਗ ਫੈਸਿਲਿਟੀਆਂ ਹੈ ਜਾਂ ਹੋਰ ਜੋ ਵੀ ਫੈਸਿਲਿਟੀਆਂ ਹੈ ਉਹ ਸਾਰੀ ਵੀ ਸਾਰੀ ਆਲਮੋਸਟ ਬਰਬਰ ਹੁੰਦੀਆਂ ਦੋਵਾਂ ਦੀ ਉਹ ਦੂਜੀ ਗੱਲ ਹੈ ਕਿ ਕੁੜੀਆਂ ਦੀ ਟੀਮ ਹੁਣ ਸਾਡੀ ਪਾਰਟਿਸਿਪੇਟ ਕਰਨ ਲੱਗ ਪਈ ਹੈ ਉਹਨਾਂ ਨੂੰ ਮੌਕਾ ਮਿਲਿਆ 올림픽 ਚ ਖੇਡਣ ਦਾ ਜਦਕਿ ਮੁੰਡਿਆਂ ਦੀ ਟੀਮ ਤੋਂ 1928 ਤੋਂ ਖੇਡਦੀ ਆ ਰਹੀ ਹੈ 올림픽 ਜੈਂਟਸ ਦੀ ਟੀਮ ਜਿਹੜੀ ਹੈ ਇੰਡੀਆ ਦੀ ਤੇ ਲੇਕਿਨ ਇਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਕੰਪੈਰੀਜ਼ਨ ਕੀਤਾ ਜਾਵੇ ਦੋਨੋਂ ਆਪਣੀ ਆਪਣੀ ਜਗ੍ਹਾ ਤੇ ਅਲੱਗ-ਅਲੱਗ ਉਹਨਾਂ ਦੀ ਜਗ੍ਹਾ ਹੈ ਤਾਂ ਉਹਨੂੰ ਆਪਣੇ ਆਪਣੇ ਨੈਚਰੀਆ ਨਾਲ ਦੇਖਣਾ ਚਾਹੀਦਾ ਤੁਹਾਨੂੰ ਹੂੰ ਚਲੋ ਬਹੁਤ ਬਹੁਤ ਮੈਨੂੰ ਚੰਗਾ ਲੱਗਿਆ ਕਿ ਤੁਹਾਡਾ ਇਹ ਰਿਐਕਸ਼ਨ ਆਇਆ ਅ ਬੰਸਰ ਸਾਹਿਬ ਫੈਸਿਲਿਟੀਆਂ ਜਿਹੜੀਆਂ ਉਹ ਦੋਨੋਂ ਟੀਮਾਂ ਨੂੰ ਬਰਾਬਰ ਮਿਲਦੀਆਂ ਤੁਸੀਂ ਕਹਿ ਰਹੇ ਹੋ ਅ ਪਹਿਲਾਂ ਤਾਂ ਮੇਰਾ ਤਾਂ ਖੇਡ ਨੀਤੀ ਦੇ ਵਿੱਚ ਅ ਕੁਝ ਵਖਰੇਵਾਂਤਾ ਨਹੀਂ ਕੀਤਾ ਜਾਂਦਾ ਦੋਨਾਂ ਨਾਲ ਉਸ ਤੋਂ ਬਾਅਦ ਮੈਂ ਸਾਰ ਅਗਲੇ ਸਵਾਲ ਕਰੂੰਗਾ ਇੱਕ ਸਵਾਲ ਦਾ ਜਵਾਬ ਦੇ ਦਿਓ ਮੈਨੂੰ ਪਹਿਲਾਂ ਅ ਨਹੀਂ ਸਰਕ ਪਤਾ ਕੀ ਹੁੰਦਾ ਇਹ ਦੇ ਚ ਜਿਹੜਾ ਜਿਹੜਾ ਤੁਸੀਂ ਕਹ ਰਹੇ ਹੋ ਕਿ ਥੋੜਾ ਬਖਰਾਵਾ ਕੀਦਾ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਜਿਹੜੀ ਗਵਰਨਮੈਂਟ ਸਪੋਰਟ ਕਰਦੀ ਹੈ ਗੇਮ ਨੂੰ ਤੇ ਗਵਰਨਮੈਂਟ ਜਿਹੜੇ 8 ਗੇਮ ਹੁੰਦੇ ਆ ਜਿਹੜੇ ਕਿ ਫਰਸਟ ਏਡ ਗੇਮਸ ਹੈ ਉਹਨਾਂ ਨੂੰ ਉਹਨਾਂ ਦਾ ਫਿਕਸ ਹੈ ਗਵਰਨਮੈਂਟ ਵੱਲੋਂ ਕਿ ਇੰਨਾ ਪੈਸਾ ਸਾਲ ਦਾ ਇਹਨਾਂ ਨੂੰ ਇਸ ਗੇਮ ਨੂੰ ਮਿਲਣਾ ਹੈ ਇੰਨਾ ਪੈਸਾ ਸਾਲ ਦਾ ਇਸ ਗੇਮ ਨੂੰ ਮਿਲਣਾ ਹੈ ਤੇ ਉਹਦੇ ਚ ਜਿਵੇਂ ਹਾਕੀ ਆਂਦੀ ਹੈ ਤੋ ਹਾਕੀ ਕਿਉਂਕਿ ਅਜੇ ਤੱਕ ਮੁੰਡਿਆਂ ਦਾ ਹੀ ਰਿਜ਼ਲਟ ਜ਼ਿਆਦਾ ਹੁੰਦਾ ਸੀ ਤੇ ਮੁੰਡਿਆਂ ਵਾਸਤੇ ਜਿਹੜਾ ਹੈ ਉਹ ਹਿੱਸਾ ਥੋੜਾ ਜ਼ਿਆਦਾ ਹੁੰਦਾ ਸੀ ਉਹਨਾਂ ਦਾ ਖਰਚੇ ਦਾ ਕਿਉਂਕਿ ਉਹਨਾਂ ਦੇ ਜਿਹੜੇ ਐਕਸਪੈਰੀਮੈਂਟ ਜਿਹੜੇ ਟੂਰਨਾਮੈਂਟ ਖੇਡਨੇ ਉਹਨਾਂ ਨੇ ਬਿਫੋਰ 올림픽ਸ ਜਾਂ ਵਰਲਡ ਕੱਪ ਜਾਂ ਏਸ਼ੀਅਨ ਗੇਮਸ ਉਹ ਥੋੜੇ ਜਿਹਾ ਜ਼ਿਆਦਾ ਹੁੰਦੇ ਸੀ ਔਰ ਇਸ ਕਰਕੇ ਉਹਨਾਂ ਦਾ ਖਰਚਾ ਥੋੜਾ ਜ਼ਿਆ ਉਹਨਾਂ ਨੂੰ ਜ਼ਿਆਦਾ ਮਿਲਦਾ ਸੀ ਲੇਕਿਨ ਜਿੱਥੇ ਤੱਕ ਏਸ਼ੀਅਨ ਗੇਮਸ ਤੱਕ ਦੀ ਤਿਆਰੀ ਹੈ ਤੇ ਉਨ ਤੱਕ ਅਸੀਂ ਏਸ਼ੀਅਨ ਗੇਮਸ ਕੁੜੀਆਂ ਦੀ ਟੀਮ ਦਾ ਜਿਹੜਾ ਹੈ ਉਹ ਹਾਈਐਸਟ ਹੁੰਦਾ ਸੀ ਤੇ ਫਿਰ ਉਹਨਾਂ ਨੂੰ ਉਸ ਹਿਸਾਬ ਨਾਲ ਖਰਚਾ ਸਾਰਾ ਉਹਨਾਂ ਤੇ ਹੁੰਦਾ ਸੀ ਬਟ ਨਾਓ ਸਿਚੁਏਸ਼ਨ ਹੈਜ਼ ਬੀਨ ਚੇਂਜਡ ਕਿ ਕੁੜੀਆਂ ਹੁਣ ਦੋ ਲਗਾਤਾਰ ਹੋ ਗਏ 올림픽 ਰਿਓ 올림픽 ਵੀ ਖੇੜੀ ਸੀ ਤੇ ਹੁਣ ਫਿਰ ਖੇੜੀ ਐ ਤੇ ਹੁਣ ਉਹਨਾਂ ਦਾ ਉਹਨਾਂ ਦੇ ਵੀ ਜਿਹੜੀ ਕਹਿ ਸਕਦੇ ਐ ਅਲਾਉਂਸਸ ਵੱਧ ਗਏ ਨੇ ਅਲਾਉਂਸਸ ਆਈ ਮੀਨ ਟੂ ਸੇ ਕਿ ਮਤਲਬ ਉਹਨਾਂ ਦੀ ਟ੍ਰੇਨਿੰਗ ਦਾ ਔਰ ਪਰਸਨਲ ਅਲਾਉਂਸ ਦੀ ਗੱਲ ਨਹੀਂ ਕਰ ਰਿਹਾ ਹਾਂ ਮੈਂ ਗੱਲ ਕਰ ਰਿਹਾ ਉਹਨਾਂ ਦੀ ਟ੍ਰੇਨਿੰਗ ਉਹਨਾਂ ਦੇ ਖਰਚੇ ਵਾਰੇ ਉਸ ਤਰ੍ਹਾਂ ਚਲੋ ਕਾਫੀ ਵੱਧ ਗਿਆ ਉਹਨਾਂ ਦਾ ਚਲੋ ਤੁਸੀਂ ਰਿਓ ਮਿਸ਼ਨ 올림픽 ਦਾ ਜਿਹੜਾ ਉਹਦੇ ਨਾਲ ਵੀ ਜੁੜੇ ਰਹੇ ਹਾਂ ਬਾਂਸਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਮੈਨੂੰ ਇੱਕ ਗੱਲ ਇਹ ਸਮਝ ਆ ਰਹੀ ਹੈ ਕਿ ਕੁੜੀਆਂ ਨੇ ਆਪ ਦਾ ਹੱਕ ਲੈ ਲਿਆ ਹੁਣ ਤੇ ਕੁੜੀਆਂ ਜਦੋਂ ਆਪ ਦੇ ਹੱਕ ਲੈ ਲੈਂਦੀਆਂ ਤੇ ਫਿਰ ਅੱਗੇ ਜਿਹੜਾ ਸੂਰਜ ਚੜ੍ਹਦਾ ਹੋਇਆ ਦਿਖਾਈ ਦਿੰਦਾ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਵਾਂਗੇ ਹਾਕੀ ਦੀ ਗੱਲ ਆ ਜੁੜੀ ਲਗਾਤਾਰ ਜਾਰੀ ਰਹੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆਂ ਡਾਕਟਰ ਬਾਂਸਲ ਸਾਹਿਬ ਦਾ ਨਾਮ ਮੌਜੂਦ ਹੈ ਕਿ ਕੋ ਸਾਹਿਬ ਤੁਸੀਂ ਸਾਈ ਦੇ ਨਾਲ ਬੜੇ ਸਾਲ ਕੰਮ ਕੀਤਾ ਉਸ ਤੋਂ ਬਾਅਦ ਅਖੀਲੇ ਦੌਰ ਵਿੱਚ ਤੁਸੀਂ ਇੱਕ ਪ੍ਰਸ਼ਾਸਕ ਦੇ ਭੂਮਿਕਾ ਵਿੱਚ ਵੀ ਨਜ਼ਰ ਆਏ ਜਿਹੜੀ ਸਾਡੀ ਸਪੋਰਟਸ ਮਿਨਿਸਟਰੀ ਆ ਉਹਦੇ ਨਾਲ ਵੀ ਤੁਹਾਡਾ تعلق ਰਿਹਾ ਤੁਸੀਂ ਸਾਰੀ ਫੀਲਡਸ ਬਾਰੇ ਜਾਣਦੇ ਹੋ ਚੰਗੀ ਤਰ੍ਹਾਂ ਬਾਂਸਲ ਸਾਹਿਬ ਹੁਣ ਸਾਰੇ ਕ੍ਰੈਡਿਟ ਲੈ ਰਹੇ ਆ ਇਸ ਦਾ ਕ੍ਰੈਡਿਟ ਕਿਨੂੰ ਜਾਣਾ ਚਾਹੀਦਾ ਮੈਂ ਬੜਾ ਸਿੱਧਾ ਸਵਾਲ ਕਰ ਰਿਹਾ ਸਰ ਆਪਸ਼ਨ ਤੁਹਾਡੇ ਲਈ ਖੁੱਲੀਆਂ ਹੈ ਅਹ ਨਹੀਂ ਨਹੀਂ ਹਰ ਮੇਰੇ ਵੱਲੋਂ ਵੀ ਬਿਲਕੁਲ ਇਮਾਨਦਾਰੀ ਨਾਲ ਜਵਾਬ ਜਿੰਨਾ ਕਿ ਮੇਰੀ ਨੋਲੇਜ ਹੈ ਇਹਦੇ ਬਾਰੇ ਇਸ ਟੀਮ ਦੇ ਬਾਰੇ ਮੈਂ ਬਿਲਕੁਲ ਇਮਾਨਦਾਰੀ ਨਾਲ ਜਵਾਬ ਦੇਵਾਂਗਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਮੈਂ ਕ੍ਰੈਡਿਟ ਦੇਣਾ ਚਾਹੁੰਦਾ ਦੋਨੋਂ ਟੀਮਾਂ ਨੂੰ ਤੇ ਮੈਂ ਇਹਨਾਂ ਬੱਚਿਆਂ ਨੂੰ ਦੇਣਾ ਚਾਹੁੰਦਾ ਹੈ ਕ੍ਰੈਡਿਟ ਜੀ ਕਿ ਇਹਨਾਂ ਨੇ ਇਹਨਾਂ ਹੁਣ ਸਭ ਤੋਂ ਵੱਡੀ ਜਿਹੜੀ ਗੱਲ ਸੀ ਨਾ ਜਦੋਂ ਮੈਂ ਮੈਂ ਵੀ ਕਾਫੀ ਸਾਲ ਪੋਚ ਰਿਹਾ ਤੇ ਸਾਡਾ ਬੜਾ ਸਾਰਾ ਟਾਈਮ ਜਿਹੜਾ ਗੁਜ਼ਰ ਜਾਂਦਾ ਸੀ ਟ੍ਰੇਨਿੰਗ ਤੋਂ ਇਲਾਵਾ ਇਹਨਾਂ ਨੂੰ ਸੋਸ਼ਲ ਜਿਹੜੀ ਹੈ ਉਹ ਸਿੱਖ ਦੇਣ ਵਾਸਤੇ ਲੇਕਿਨ ਹੁਣ ਮੈਂ ਦੇਖਿਆ ਹੈ ਇਹਨਾਂ ਦੋਨਾਂ ਟੀਮਾਂ ਚ ਆਪਸ ਚ ਇੰਨਾ ਜ਼ਿਆਦਾ ਇਕਜੁੱਟ ਹੋ ਕੇ ਖੇਡ ਰਹੇ ਸੀ ਇਹਨਾਂ ਚ ਕੋਈ ਗਰੂਪੀਜ਼ਮ ਨਹੀਂ ਕੋਈ ਕੁਝ ਨਹੀਂ ਮੁੰਡੇ ਤੇ ਕੁੜੀਆਂ ਦੋਹਾਂ ਦੀ ਟੀਮਾਂ ਨੇ ਤੇ ਉਹ ਮੈਂ ਇੱਕ ਬਹੁਤ ਵੱਡਾ ਇਸ ਰਿਜ਼ਲਟ ਦਾ ਜਿਹੜਾ ਵੀ ਰਿਜ਼ਲਟ ਮਿਲਿਆ ਹੈ ਇਸ ਰਿਜ਼ਲਟ ਦਾ ਬਹੁਤ ਵੱਡਾ ਕਾਰਨ ਮੰਨਦਾ ਕਿ ਇਹਨਾਂ ਚ ਕੋਈ ਗਰੂਪੀਜ਼ਮ ਨਹੀਂ ਸੀਗਾ ਕੋਈ ਕੁਝ ਨਹੀਂ ਕਿੱ ਟੋਕੇ ਨੰਬਰ 1 ਨੰਬਰ 2 ਆਫਕੋਰਸ ਜਿਹੜਾ ਕੋਚਿੰਗ ਸਟਾਫ ਹੈ ਉਹਨੇ ਬਹੁਤ ਮਿਹਨਤ ਕੀਤੀ ਕੋਚਿੰਗ ਸਟਾਫ ਔਰ ਪਲੇਅਰ ਦੋਵਾਂ ਦਾ ਪ੍ਰਪਰ ਦਾ ਹਿੱਸਾ ਹੁੰਦਾ ਹੈ ਟੀਮ 'ਚ ਤੇ ਉਹਨਾਂ ਦਾ ਕੋਚਿੰਗ ਸਟਾਫ ਦਾ ਹੈ ਉਸ ਤੋਂ ਬਾਅਦ ਹੁਣ ਜਿਹੜਾ ਹੈ ਫੈਸਿਲਿਟੀਆਂ ਜਿਹੜੀ ਹੈ ਪਹਿਲਾਂ ਅਸੀਂ ਜਦੋਂ ਕੋਚ ਹੁੰਦੇ ਸੀ ਤੁਹਾਡੇ ਨਾਲ ਵੀ ਬਹੁਤ ਵਾਰੀ ਮੇਰੀ ਮੁਲਾਕਾਤਾਂ ਹੋਈਆਂ ਉਦੋਂ ਜਦੋਂ ਮੈਂ ਕੋਚ ਸੀਗਾ ਇੰਡੀਆ ਟੀਮ ਦਾ ਕੋਚ ਸੀ ਤੇ ਉਦੋਂ ਅਸੀਂ ਰੌਲਾ ਹੀ ਪਾਈ ਰੱਖਦੇ ਸੀ ਸਾਨੂੰ ਇਹ ਨਹੀਂ ਮਿਲਦਾ ਸਾਨੂੰ ਉਹ ਨਹੀਂ ਮਿਲਦਾ ਇਹ ਦੋ ਉਹ ਦੋ ਅੱਜ ਤੱਕ ਵੀ ਮੇਰੇ ਕੋਲ ਇੱਕ ਕਟਿੰਗ ਪਈ ਹੈ ਬਹੁਤ ਵੱਡੀ ਟਾਈਮਸ ਆਫ ਇੰਡੀਆ ਦੀ ਜਦੋਂ ਮੈਂ ਸੀਨੀਅਰ ਊਮਨ ਟੀਮ ਦਾ ਕੋਚ ਸੀਗਾ ਤੇ ਮੈਂ ਉਦੋਂ ਨਵਾਂ ਨਵਾਂ ਟ੍ਰੈਂਡ ਚੱਲਿਆ ਸੀ ਤੇ ਮੈਂ ਰੌਲਾ ਪਾ ਰਿਆ ਸੀ ਉਦੋਂ ਕਿ ਮੈਨੂੰ ਇੱਕ ਸਾਈਕੋਲੋਜਿਸਟ ਚਾਹੀਦਾ ਹੈ ਟੀਮ ਦੇ ਵਾਸਤੇ ਤੇ ਉਹ ਮੇਰੀ ਨਾ ਕਿਸੇ ਨੇ ਨਹੀਂ ਸੁਣੀ ਸੀ ਉਦੋਂ ਉਦੋਂ ਇੰਡੀਅਨ ਊਮਨ ਹਾਕੀ ਫੈਡਰੇਸ਼ਨ ਸੀ ਤੇ ਮੇਰੀ ਗੱਲ ਨਹੀਂ ਸੁਣੀ ਗਈ ਤੇ ਉਹ ਅਖਬਾਰ 'ਚ ਬਹੁਤ ਵੱਡਾ ਆਰਟੀਕਲ ਲਿਖ ਛਪਿਆ ਸੀ ਉਹ ਮੇਰੇ ਕੋਲ ਅੱਜ ਵੀ ਪਿਆ ਹੈ ਤੇ ਮਤਲਬ ਉਹ ਤੇ ਚਲੋ ਇੱਕ ਵੱਡੀ ਵਸੀ ਲੇਕਿਨ ਸਾਡੇ ਕੋਲ ਛੋਟੇ-ਛੋਟੇ ਚੀਜ਼ਾਂ ਦੀ ਉਦੋਂ ਘਾਟ ਹੁੰਦੀ ਸੀ ਅਸੀਂ ਰੌਲਾ ਹੀ ਪਾਉਂਦੇ ਕੋਚੇ ਜਿਹੜੇ ਆ ਉਹ ਰੌਲਾ ਹੀ ਪਾਉਂਦੇ ਰਹਿ ਜਾਂਦੇ ਸੀ ਇਹ ਦੋ ਉਦੋਂ ਤੇ ਹੁਣ ਉਹ ਬੜੀ ਚੀਜ਼ਾਂ ਦਾ ਜਿਹੜਾ ਹੈ ਸਹੂਲियत ਹੋ ਗਈ ਹੈ ਅੱਛੇ ਟਰਫ ਗਰਾਊਂਡਸ ਹੈ ਆਪਣੇ ਕੋਲ ਤੇ ਉਹ ਵੀ ਇੱਕ ਚਾਹੇ ਉਹ ਫੈਡਰੇਸ਼ਨ ਹੈ ਚਾਹੇ ਉਹ ਮਿਨਿਸਟਰੀ ਹੈ ਉਹਨਾਂ ਦਾ ਵੀ ਕਾਫੀ ਕੁਝ ਇਹਦੇ 'ਚ ਪੋਜ਼ਿਟਿਵ ਰੋਲ ਲਿਆ ਹੈ ਕੋ ਸਭ ਨਵੀਨ ਪਟਨਾਇਕ ਦਾ ਮੈਂ ਜ਼ਿਕਰ ਸ਼ੁਰੂ ਕਰਨਾ ਚਾਹਾਂਗਾ ਨਵੀਨ ਪਟਨਾਇਕ ਨੇ ਬਿਨਾਂ ਬੋਲਿਆਂ ਸਭ ਕੁਝ ਕੀਤਾ ਕਿ ਨਵੀਨ ਪਟਨਾਇਕ ਹਰਾਂ ਵਰਗੀ ਨੀਤੀ ਹੈ ਜਿਹੜੀ ਉਹ ਸਾਡੀ ਪੂਰੀ ਪੋਲਿਟਿਕਸ ਵਿੱਚ ਆ ਸਕਦੀ ਹੈ ਕਿ ਨਹੀਂ ਕਿ ਅਸੀਂ ਖੇਡ ਭਾਵਨਾ ਦੇ ਵਿੱਚ ਨਹੀਂ ਆ ਸਕਦੇ ਸਪੋਰਟਸਮੈਨ ਸਪਿਰਟ ਹੈ ਜਿਹੜੀ ਸਿਰਫ ਕਾਗਜ਼ਾਂ 'ਚ ਲਿਖੀ ਰਹੂਗੀ ਪੋਲਿਟਿਕਸ ਅਸੀਂ ਉਹਦੋਂ ਕਰਾਂਗੇ ਜਦੋਂ ਦੇਸ਼ ਨੂੰ ਮੈਡਲ ਮਿਲਦਾ ਹੈ ਉਹਦੋਂ ਉਹਦੋਂ ਅਸੀਂ ਕਹਾਂਗੇ ਸਾਡੇ ਕਰਕੇ ਮਿਲਿਆ ਪਰ ਅਸਲ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਉਹ ਕ੍ਰੈਡਿਟ ਮਿਲਦਾ ਬਾਲਸਾ ਸਾਹਿਬ ਮੇਰਾ ਸਵਾਲ ਇਸ ਕਰਕੇ ਸੀਗਾ ਦੇਖੋ ਜਿਵੇਂ ਨਵੀਨ ਪਟਨਾਇਕ ਦੀ ਗੱਲ ਕੀਤੀ ਤੁਸੀਂ ਹਾਂ ਨਵੀਨ ਪਟਨਾਇਕ ਅਜੇ ਤੱਕ ਵੀ ਨਹੀਂ ਕਹਿ ਰਿਹਾ ਕਿ ਮੈਂ ਟੀਮ ਵਾਸਤੇ ਕੁਝ ਕੀਤਾ ਹੈ ਟੀਮ ਨੇ ਮੈਡਲ ਲੈ ਲਿਆ ਕੁੜੀਆਂ ਦੀ ਟੀਮ ਬਹੁਤ ਅੱਛਾ ਖੇਡੀ ਐਸ ਗੁੱਡ ਐਸ ਕਿ ਮੈਡਲ ਹੀ ਜਿਵੇਂ ਅਸੀਂ ਅਸੀਂ ਇਹ ਲਾ ਕੇ ਚੱਲ ਰਹੇ ਹਾਂ ਵੀ ਕੁੜੀਆਂ ਸਾਡੀ ਮੈਡਲ ਲੈ ਕੇ ਆ ਰਹੀਆਂ ਚਾਹੇ ਚੌਥੇ ਪੋਜੀਸ਼ਨ ਤੇ ਹੈ ਲੇਕਿਨ ਜਿੱਥੇ ਤੱਕ ਮੈਂ ਦੇਖ ਰਿਹਾ ਨਵੀਨ ਪਟਨਾਇਕ ਨੇ ਕਿਤੇ ਵੀ ਖੜੇ ਹੋ ਕੇ ਕਿਸੇ ਵੀ ਸਟੇਜ ਤੇ ਕਿਸੇ ਵੀ ਜਗ੍ਹਾ ਤੇ ਉਹ ਪਲੇਟਫਾਰਮ ਤੇ ਖੜੇ ਹੋ ਕੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਟੀਮ ਕੇ ਲਈ ਇਹ ਕਰ ਰਹਾ ਹੂੰ ਮੈਂ ਨੇ ਇਹ ਕੀਆ ਹੈ ਟੀਮ ਕੇ ਲਈ ਤੇ ਇਹ ਜਿਹੜੀ ਹੈ ਇਹ ਪਤਾ ਨਹੀਂ ਕਿਸ ਟਾਈਪ ਦੀ ਪੋਲਿਟਿਕਸ ਹੈ ਤੇ ਮੈਂ ਤਾਂ ਇਹਨੂੰ ਸਮਝਦਾ ਹੀ ਨਹੀਂ ਕਿ ਉਹਨੇ ਇੰਨਾ ਅੱਛਾ ਉਹਦਾ ਰੋਲ ਰਿਹਾ ਨਵੀਨ ਪਟਨਾਇਕ ਦਾ ਦੇਖੋ ਹੁਣ ਜਿੰਨੇ ਵੀ ਵੱਡੇ ਟੂਰਨਾਮੈਂਟ ਹੋ ਰਹੇ ਨੇ ਹੈਪੀਲੀ ਉਹਨਾਂ ਨੂੰ ਆਪਣੇ ਕੋਲ ਕਰਵਾਉਂਦਾ ਹੈ ਤੇ ਉਹਨਾਂ ਨੂੰ ਸਪான்ਸਰ ਕਰਦੇ ਨੇ 오ਡੀਸਾ ਗਵਰਨਮੈਂਟ ਕਰਦੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਦਾ ਇਅਰਲੀ ਸਪਾਂਸਰਸ਼ਿਪ ਉਹਨੇ ਲਈ ਹੈ ਟੀਮਾਂ ਦੀ ਜਿਹੜੀ ਮੁੰਡੇ ਕੁੜੀਆਂ ਦੀ ਟੀਮ ਹੈ ਇਅਰਲੀ ਸਪਾਂਸਰਸ਼ਿਪ ਲਈ ਹੈ ਤੇ ਉਹ ਸਾਰੀ ਚੀਜ਼ਾਂ ਜਿਹੜਾ ਕਰ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਪੋਲਿਟਿਕਸ ਜਿਹੜੀ ਹੈ ਉਹ ਇਸ ਲਾਈਨ ਤੇ ਆਣੀ ਚਾਹੀਦੀ ਹੈ ਇਹ ਤਾਂ ਨਵੀਨ ਪਟਨਾਇਕ ਵਾਲਾ ਹੀ ਰੋਲ ਹੋਣਾ ਚਾਹੀਦਾ ਜਿੱਥੇ ਵੀ ਹੋਵੇ ਹੂੰ ਕੋਈ ਸਭ ਤੁਹਾਡੇ ਵਰਗੇ ਕੋਚ ਹੈਗੇ ਆ ਹੋਰ ਇਸ ਤੋਂ ਇਲਾਵਾ ਮੈਂ ਜਿੰਨੇ ਕੋਚਸ ਨੂੰ ਜਾਣਦਾ ਜਾਂ ਜਿਨ੍ਹਾਂ ਨੂੰ ਅਸੀਂ ਸਮਝ ਚੁੱਕੇ ਆ ਇੱਕ ਵਾਰੀ ਮੈਨੂੰ ਯਾਦ ਆ ਇੱਕ ਘਟਨਾ ਮੈਂ ਹਾਕੀ ਟੀਮ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਸਾਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਫੋਰਨ ਦੇ ਕੋਚ ਲਿਆਂਦੇ ਵੇ ਅੱਥੇ ਈਵਨ ਕੇ ਇੱਕ ਘਟਨਾ ਵੀ ਅਸੀਂ ਲਿਫਟ ਵਿੱਚ ਇਕੱਠੇ ਸੀਗੇ ਤੇ ਉਦੋਂ ਵੀ ਜਿਹੜਾ ਫੋਰਨ ਕੋਚ ਸੀਗਾ ਅਸੀਂ ਉਹਦੇ ਨਾਲ ਹੱਸ ਕੇ ਡਰੇ ਸੀਗੇ ਤੇ ਉਹ ਵੀ ਇਹ ਗੱਲ ਕਹਿ ਰਿਹਾ ਸੀਗਾ ਕਈ ਪਲੇਅਰਸ ਨੂੰ ਸਾਡੀ ਸਮਝ ਨਹੀਂ ਆਉਂਦੀਗੀ ਅ ਇੱਕ ਵਾਰੀ Shimla Camp ਲੱਗਿਆ ਸੀ ਤੁਹਾਨੂੰ ਯਾਦ ਹੋਊਗਾ ਉਦੋਂ ਵੀ ਇਹ ਸਵਾਲ ਉੱਠਿਆ ਸੀਗਾ ਹੁਣ ਵੀ ਫੋਰਨ ਕੋਚ ਆ ਸਾਡੇ ਟੀਮ ਦੇ ਨਾਲ ਹੁਣ ਤੇ ਤੁਹਾਡੇ ਦੌਰ ਦੇ ਵਿੱਚ ਪਹਿਲਾਂ ਜਦੋਂ ਕੋਚਿੰਗ ਹੋ ਰਹੀ ਸੀ ਕੀ ਫਰਕ ਮਹਿਸੂਸ ਕਰ ਰਹੇ ਤੁਸੀਂ ਹੁਣ ਕਮਿਊਨੀਕੇਸ਼ਨ ਜਿਹੜੀ ਠੀਕ ਹੋ ਗਈ ਹੈ ਕਮਿਊਨੀਕੇਸ਼ਨ ਹਾਂ ਪਹਿਲਾਂ ਤੋਂ ਤਾਂ ਕਾਫੀ ਫਰਕ ਹੈ ਹੁਣ ਉਹਦਾ ਸਿੰਪਲ ਰੀਜ਼ਨ ਹੈ ਜਿਹੜਾ ਮੈਂ ਸਮਝਦਾ ਹਾਂ ਕਿ ਹੁਣ ਜਿਹੜੇ ਬੱਚੇ ਐ ਇੱਕ ਤੇ ਉਹ ਆਲਰੇਡੀ ਇੰਨੇ ਜ਼ਿਆਦਾ ਮਤਲਬ ਪਹਿਲਾਂ ਤੋਂ ਮੈਚੁਰ ਹੋ ਜਾਂਦੇ ਨੇ ਸੋਸ਼ੀਅਲੀ ਔਰ ਇਸ ਤਰ੍ਹਾਂ ਦੀ ਥੋੜੀ ਥੋੜੀ ਉਹਨਾਂ ਦੀ ਜਿਹੜੀ ਗ੍ਰਾਸਪਿੰਗ ਪਾਵਰ ਹੈ ਉਹਨਾਂ ਦੀ ਲਰਨਿੰਗ ਹੈ ਉਹ ਸਾਰੀ ਚੀਜ਼ਾਂ ਕਿਹੜੀਆਂ ਹਨ ਉਹਨਾਂ ਦੀ ਕਾਫੀ ਫਰਕ ਪੈ ਗਿਆ ਪਹਿਲਾਂ ਤੋਂ ਇਹ ਦੇਖੋ ਹੁਣ ਡੇ ਟੂ ਡੇ ਜਿਵੇਂ ਹੁਣ ਅਸੀਂ ਮੇਰੇ ਆਪਣੇ ਬੱਚੇ ਸੀ ਔਰ ਹੁਣ ਮੈਂ ਆਪਣੇ ਬੱਚਿਆਂ ਦੇ ਬੱਚੇ ਦੇਖਦਾ ਤੇ ਮੇਰੇ ਬੱਚਿਆਂ ਦੇ ਬੱਚੇ ਜਿਹੜੇ ਮੇਰੇ ਪੋਤੇ ਨੇ ਹੁਣ 5 5 6 6 ਸਾਲ ਦੇ ਨੇ ਤੇ ਉਹ ਜਿਹੜੇ ਆ ਉਹ ਪਹਿਲਾਂ ਤੋਂ ਉਹਨਾਂ ਦੀ ਬਹੁਤ ਇਹ ਟੀਵੀ ਦੇਖ ਕੇ ਹੋਰ ਇਸ ਤਰ੍ਹਾਂ ਦੀ ਜਿਹੜੀ ਆਸ-ਪਾਸ ਆਲੇ-ਦੁਆਲੇ ਸੋਸ਼ਲ ਜਿਹੜਾ ਉਹ ਸਰਕਲ ਹੁੰਦਾ ਉਹਨੂੰ ਦੇਖ ਕੇ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਹੈ ਗਰੋਥ ਹੁੰਦੀ ਹੈ ਇਸ ਤਰ੍ਹਾਂ ਦੀ ਹੋਉਂਦੀ ਹੈ ਤੇ ਫਰਕ ਪੈਂਦਾ ਹੈ ਇਸੇ ਤਰ੍ਹਾਂ ਹਾਕੀ ਟੀਮਸ ਵੀ ਹੈ ਕੁੜੀਆ ਮੁੰਡੇ ਥੋੜੇ ਪਹਿਲਾਂ ਤੋਂ ਪੜੇ ਲਿਖੇ ਵੀ ਆਣੇ ਸ਼ੁਰੂ ਹੋ ਗਏ ਨੇ ਤੇ ਔਰ ਦੂਜੀ ਗੱਲ ਇਹ ਹੈ ਕਿ ਫਿਰ ਵੀ ਅਗਰ ਕੋਈ ਕਸਰ ਰਹਿੰਦੀ ਹੈ ਤੇ ਇੱਕ ਦੋ ਆਪਣੇ ਜਿਹੜੇ ਇੰਡੀਅਨ ਕੋਚਸ ਹੈਗੇ ਨੇ ਨਾਲ ਉਹ ਵੀ ਹੈਲਪ ਕਰਦੇ ਨੇ ਉਹਨਾਂ ਨੂੰ ਕੰ ਕਿਸ ਤਰ੍ਹਾਂ ਸਮਝਣਾ ਹੈ ਕਿਸ ਤਰ੍ਹਾਂ ਉਹਨੂੰ ਕੰਮ ਨੂੰ ਕਰਨਾ ਹੈ ਤੇ ਇਹ ਡਿਫਰੈਂਸ ਤੇ ਹੈ ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀ ਕਿਉਂਕਿ ਅਕਸਰ ਇਹ ਧਾਰਨਾ ਬਣੀ ਵੀ ਹੈ ਜਿਹੜਾ ਚੰਗਾ ਪਲੇਅਰ ਆ ਉਹਦੀ ਚੰਗੀ ਐਜੂਕੇਸ਼ਨ ਨਹੀਂ ਹੈਗੀ ਜਿਹਦੀ ਚੰਗੀ ਐਜੂਕੇਸ਼ਨ ਹੈ ਉਹ ਚੰਗਾ ਪਲੇਅਰ ਨਹੀਂ ਹੈਗਾ ਕੋਈ ਸਾਬ ਉਹਦੀ ਉਸ ਧਾਰਨਾ ਨੂੰ ਤੋੜਿਆ ਜਾ ਸਕਦਾ ਕਿ ਨਹੀਂ ਹਾਂ ਇਹ ਸਾਡੇ ਕੋਲ ਵੈਸੇ ਇਹ ਕਮੀ ਜ਼ਿਆਦਾ ਹੁੰਦੀ ਹੈ ਹੁਣ ਜਿਵੇਂ ਅਸੀਂ ਦੇਖ ਰਹੇ ਸੀ कि ऑस्ट्रेलिया की टीम और स्पेन की टीम और दूजी कुड़ियों की तो वो सुनील तनेजा जोड़ा अपना कमेंट्रेटर है वह दसते सी दूजी टीम बारे ये लड़की फैशन डिजाइनिंग का वहाँ पर ऑस्ट्रेलियन यूनिवर्सिटी में कोर्स कर रही है और ये ये लड़की पीएचडी कर रही है लाइक like दैट वो जड़े है ना बच्चे जड़े उन्होंने यूरोपियन एंड दूजे और पढ़ाई भी उन्होंने चलता है हूँ साढ़े प्रॉब्लम की आती है क्यों ये फर्क है ਇਹਦਾ ਫਰਕ ਤੁਸੀਂ ਪਹਿਲਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਆਪ ਹੀ ਦੱਸਤਾ ਸੀ ਤੁਸੀਂ ਜਦੋਂ ਵੈਨ ਤੁਸੀਂ ਗੱਲ ਕਰ ਰਹੇ ਸੀ ਸ਼ਾਹਵਾਦੀ ਕੁੜੀਆਂ ਦੇ ਬਾਰੇ ਜੀ ਜਾਂ ਮੈਂ ਉਹਨਾਂ ਦੇ ਨਾਲ ਹੋਰ ਜੋੜ ਦਿੰਦਾ ਆਦੀਵਾਸੀ ਬੱਚੇ ਜਿਹੜੇ ਆਂਦੇ ਨੇ ਆਪਣੇ ਕੋਲ ਤੇ ਉਹਨਾਂ ਦਾ ਬੈਕਗ੍ਰਾਉਂਡ ਇੰਨਾ ਹੰਭਲ ਹੁੰਦਾ ਹੈ ਇੰਨਾ ਹੰਭਲ ਹੁੰਦਾ ਹੈ ਕਿ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਕਿ ਉਹ ਬੀਏ ਕਰਨ ਜਾਏ ਜਾਂ ਐਮਏ ਕਰੇ ਜਾਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰੇ ਜਿਹੜੀ ਕੁੜੀ ਖੇਡਣਾ ਸ਼ੁਰੂ ਕਰਦੀ ਹੈ ਜਿਹੜਾ ਮੁੰਡਾ ਖੇਡਣਾ ਸ਼ੁਰੂ ਕਰਦਾ ਹੈ ਔਰ ਜਦੋਂ ਅੱਛੇ ਲੈਵਲ ਤੇ ਪਹੁੰਚਦਾ ਹੈ ਇੰਡੀਆ ਟੀਮ ਚਾ ਕਿਤੇ ਵੀ ਫਿਰ ਉਹਦੀ ਨਜ਼ਰ ਇਹ ਹੁੰਦੀ ਹੈ ਕਿ ਮੈਨੂੰ ਇੱਕ ਜੌਬ ਚਾਹੀਦੀ ਹੈ ਪਹਿਲਾਂ ਫॉर ਮਾਈ ਸਿਕਿਉਰਿਟੀ ਫॉर ਮਾਈ ਫੈਮਿਲੀ ਤੇ ਉਹ ਫਿਰ ਦੇਖਣਾ ਸ਼ੁਰੂ ਕਰ ਦਿੰਦੇ ਨੇ ਜੌਬ ਵੱਲੋਂ ਤੇ ਜਦੋਂ ਜੌਬ ਵੱਲੋਂ ਦੇਖਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹਨਾਂ ਦੀ ਐਜੂਕੇਸ਼ਨ ਵਿੱਚ ਰਹਿ ਜਾਂਦੀ ਹੈ ਤੇ ਫਿਰ ਉਸ ਚੀਜ਼ ਨੂੰ ਜਿਹੜਾ ਹੈ ਔਰ ਐਜੂਕੇਸ਼ਨ ਜਦੋਂ ਘਟ ਹੁੰਦੀ ਹੈ ਤੇ ਨੇਚਰਲੀ ਉਹਦਾ ਅਸਰ ਗੇਮ ਤੇ ਤੇ ਪੈਂਦਾ ਹੀ ਹੈ ਤੇ ਮੈਂਟਲ ਡਿਵੈਲਪਮੈਂਟ ਜਦੋਂ ਨਹੀਂ ਹੋਏਗੀ ਤੇ ਗੇਮ ਤੇ ਵੀ ਫਰਕ ਪਾਏਗਾ ਉਹਦਾ ਤੇ ਉਹ ਫਰਕ ਜਿਹੜਾ ਹੈ ਉਹ ਸਾਨੂੰ ਕੱਟ ਕਰਨਾ ਬਹੁਤ ਜ਼ਰੂਰੀ ਹੈ ਉਹ ਜਿਹੜਾ ਡਿਸਟੈਂਸ ਹੈ ਜਿਹੜਾ ਗੈਪ ਹੈ এডਿਕੇਸ਼ਨ ਔਰ ਗੇਮ ਦੇ ਵਿੱਚ ਉਹਨੂੰ ਅਸੀਂ ਕਿਸੇ ਤਰ੍ਹਾਂ ਉਹ ਲਿਆਣਾ ਬਹੁਤ ਜ਼ਰੂਰੀ ਹੈ ਲੇਕਿਨ ਪ੍ਰੋਬਲਮ ਜਿਹੜੀ ਅਸੀਂ ਗੱਲ ਕਰੀ ਰਹੇ ਸੀ ਕਿ ਇੰਨੇ ਹੰਬਲ ਬੈਕਗ੍ਰਾਉਂਡ ਹੁੰਦੀ ਹੈ ਉਹ ਬੜਾ ਮੁਸ਼ਕਿਲ ਹੋ ਜਾਂਦਾ ਉਹਨਾਂ ਨੂੰ ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀਗਾ ਮਨਪ੍ਰੀਤ ਜਿਹੜਾ ਸਾਡਾ ਕੈਪਟਨ ਹੈ ਮਨਪ੍ਰੀਤ ਦਾ ਸੰਘਰਸ਼ ਅਸੀਂ ਦੇਖਿਆ ਕੋਰੀਅਨ ਕਿਹਾ ਜਾਂਦਾ ਮਨਪ੍ਰੀਤ ਸਪ੍ਰਿੰਟਰ ਬੜਾ ਤਕੜਾ ਮੈਨੂੰ ਪਤਾ ਹੈ ਹਾਂਜੀ ਤੇ ਰਾਣੀ ਰਾਮਪਾਲ ਜਿਹਦੇ ਪਿਤਾ ਸਰਿਏਟ ਹੁੰਦੇ ਰਹੇ ਆ ਉਹਨਾਂ ਦੀ ਉਹਨਾਂ ਦੀ ਹਕੀਕਤ ਵੀ ਸਾਰੇ ਸਾਹਮਣੇ ਆ ਇਹਨਾਂ ਦੋਨਾਂ ਨੇ ਬਹੁਤ ਮਿਹਨਤ ਕੀਤੀ ਹੈ ਬਾਕੀ ਪੂਰੀ ਟੀਮ ਨੇ ਮਿਹਨਤ ਕੀਤੀ ਹੈ ਜੇ ਕਪਤਾਨੀ ਤੱਕ ਪਹੁੰਚੇ ਇਹਨਾਂ ਨੇ ਬੜੀ ਸਟਰਗਲ ਕੀਤੀ ਹੈ ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀ ਕਿ ਜਿਹੜਾ ਅੱਜ ਦਾ ਯੁੱਧ ਹੈਗਾ ਉਹਨਾਂ ਨੂੰ ਕਿਵੇਂ ਦੱਸਿਆ ਜਾਵੇ ਕਿ ਰਾਣੀ ਕਿਵੇਂ ਬੰਨਣਾ ਤੇ ਮਨਪ੍ਰੀਤ ਕਿਵੇਂ ਬੰਨਣਾ ਕੋਰੀਅਨ ਕਿਵੇਂ ਬੰਨਣਾ ਮਨੀ ਕਿਵੇਂ ਬੰਨਣਾ ਇਹ ਇਹ ਜਿਵੇਂ ਹੁਣ ਤੁਸੀਂ ਪਿਛਲੇ 5-6 ਦਿਨਾਂ ਵਿੱਚ ਦੇਖ ਰਹੇ ਹੋਣੇ ਰਾਣੀ ਰਾਮਪਾਲ ਦੀ ਸਟੋਰੀ ਚੱਲ ਰਹੀ ਸੀ ਸੋਸ਼ਲ ਮੀਡੀਆ ਤੇ ਵੀ ਬਹੁਤ ਚੱਲ ਰਹੀ ਸੀ ਉਹਦੀ ਉਹਨੇ ਜਿਹੜੀ ਨੈਰੇਟ ਕੀਤੀ ਸੀ ਆਪਣੀ ਸਟੋਰੀ ਕਿ ਮੈਂ ਕਿਸ ਤਰ੍ਹਾਂ ਕਿਨੇ ਪਲੀ ਬੜੀਆਂ ਤੇ ਮੈਂ ਦੇਖਦੀ ਸੀ ਕਿਸ ਤਰ੍ਹਾਂ ਗੇਮ ਹੁੰਦਾ ਫਿਰ ਮੈਂ ਗੇਮ ਖੇਡਣਾ ਸ਼ੁਰੂ ਕੀਤਾ ਤੇ ਉਹਨੇ ਉਹਨੇ ਦੱਸਿਆ ਕਿ ਭਈ ਮੈਂ ਤਾਂ ਜ਼ਿੰਦਗੀ ਤੋਂ ਦੂਰ ਜਾਣਾ ਚਾਹਦੀ ਸੀ ਇੰਨੀ ਸਾਡੀ ਲੋ ਲੈਵਲ ਦੀ ਜ਼ਿੰਦਗੀ ਸੀ ਔਰ ਇਸੇ ਤਰ੍ਹਾਂ ਮਨਪ੍ਰੀਤ ਜੀਵੇਂ ਮਨਪ੍ਰੀਤ 2009 ਦੀ ਗੱਲ ਹੈ ਜਦੋਂ ਮਨਪ੍ਰੀਤ ਦਾ ਪਹਿਲਾ ਟੂਰਨਾਮੈਂਟ ਸੀ ਤੇ ਉਦੋਂ ਅੰਡਰ 18 ਦਾ ਮੈਂ ਕੋਚ ਸੀ ਤੇ ਅਸੀਂ ਜਾਣਾ ਸੀ ਰੰਗੂਨ ਖੇਡਨ ਬਰਮਾ ਤੇ ਮੈਂ ਉਦੋਂ ਕੋਚ ਸੀਗਾ ਤੇ ਉਹ ਐਕਚੁਅਲੀ ਉਹ ਟੂਰ ਸਾਡਾ ਬਹੁਤ ਜ਼ਿਆਦਾ ਸੁਰਖੀਆਂ ਚ ਆਇਆ ਸੀ ਕਿਉਂਕਿ ਮੈਂ ਭੋਪਾਲ ਕੈਂਪ ਲਗਾਇਆ ਸੀ ਤੇ ਤਿੰਨ ਵਾਰੀ ਮੈਂ ਮੈਡੀਕਲ ਕਰਾਤਾ ਸੀ ਬੱਚਿਆਂ ਦਾ ਔਰ ਹਰ ਵਾਰੀ ਬੱਚੇ ਜਿਹੜੇ ਆਂਦੇ ਸੀ ਉਹ ਫੇਲ ਹੋ ਜਾਂਦੇ ਸੀ ਮੈਡੀਕਲ 'ਚ ਏਜ ਏਜ ਵਾਸਤੇ ਤੇ ਅਲਟੀਮੇਟਲੀ ਜਿਹੜੇ ਮੇਰੇ ਕੋਲ 26 ਬੱਚੇ ਬੜੀ ਮੁਸ਼ਕਿਲ ਨਾਲ ਬੱਚੇ ਸੀ ਮਨਪ੍ਰੀਤ ਉਹਨਾਂ ਚੋਂ ਇੱਕ ਸੀਗਾ ਤੇ ਉਦੋਂ ਮਨਪ੍ਰੀਤ ਵਗੈਰਾ ਨੇ ਨੈਸ਼ਨਲ ਵੀ ਨਹੀਂ ਖੜਿਆ ਸੀ ਕਿਸੇ ਨੇ ਤੇ ਅਸੀਂ ਫਿਰ ਉਹਦੇ ਚੋਂ 18 ਦੀ ਟੀਮ ਲਾ ਕੇ ਗਏ ਸੀ ਤੇ ਉਹ ਸਾਰੇ ਬੱਚੇ ਜਿਹੜੇ ਐ ਕੋਈ ਵੀ ਪੁਰਾਣਾ ਪਲੇਅਰ ਨਹੀਂ ਸੀਗਾ ਤੇ ਮੈਨੂੰ ਇਹ ਮੁਸ਼ਕਿਲ ਆਈ ਕਿ ਭਈ ਹੁਣ ਇਹਦੇ ਚੋਂ ਕਪਤਾਨ ਕਿਨੂੰ ਬਣਾਇਆ ਜਾਏ ਕਿਉਂਕਿ ਨਾਰਮਲੀ ਅਸੀਂ ਇਹ ਦੇਖਦੇ ਹਾਂ ਵੀ ਸੀਨੀਅਰ ਕਿਹੜਾ ਪਲੇਅਰ ਹੈ ਉਹਨੂੰ ਕਪਤਾਨ ਬਣਾਓ ਤੇ ਉਹ ਤੇ ਸਾਰੇ ਤੇ ਸਾਰੇ ਨਵੇਂ ਪਲੇਅਰ ਸੀਗੇ ਤੇ ਮੈਂ ਫਿਰ ਇਨੂੰ ਕੋਰੀਅਨ ਨੂੰ ਮਨਪੀਰ ਨੂੰ ਕੈਪਟਨ ਬਣਾਇਆ ਸੀ ਉਦੋਂ ਕਿਉਂਕਿ ਇਹ ਥੋੜਾ ਜਿਹਾ ਗੱਲਬਾਤ ਕਰਨ ਚ ਚੰਗਾ ਸੀਗਾ ਸਮਝਦਾਰ ਸੀਗਾ ਮੁੰਡਾ ਲੇਕਿਨ ਉਦੋਂ ਵੀ ਇਹ ਗੱਲ ਕਰਦਾ ਸੀ ਇਹ ਕਿ ਫੈਮਿਲੀ ਬੈਕਗ੍ਰਾਉਂਡ ਜਿਹੜਾ ਹੈ ਇਹਨਾਂ ਦਾ ਮਿੱਠਾਪੁਰ ਪਿੰਡ ਦਾ ਹੈ ਫੈਮਿਲੀ ਬੈਕਗ੍ਰਾਉਂਡ ਜਿਹੜਾ ਉਹ ਬੜਾ ਹੰਬਲ ਹੈ ਤੇ ਉਸ ਤੋਂ ਬਾਅਦ ਇਹਨੇ ਉਹ ਜਿਹੜਾ ਇਹਨੂੰ ਮੌਕਾ ਮਿਲਿਆ ਤੇ ਇਹਨੇ ਉਸ ਮੌਕੇ ਨੂੰ ਅੱਕੇ ਜਾਇਆ ਨਹੀਂ ਹੋਣ ਦਿੱਤਾ ਉਸ ਤੋਂ ਬਾਅਦ ਵੀ ਮੇਰੇ ਕੋਲ ਕੈਪ ਲਗਾਇਆ ਇਹਨੇ ਇੱਕ ਦੋ ਤੇ ਨਾ ਜਾਇਆ ਨਹੀਂ ਹੋਂ ਦਿੱਤਾ ਉਸ ਮੌਕੇ ਨੂੰ ਅਮਿਤ ਰੋਹਿਦਾਸ ਵੀ ਉਸੀ ਕੈਪਚਰ ਸੀਗਾ ਤੇ ਰਾਣੀਪਾਲ ਰਾਣੀ ਰਾਮਪਾਲ ਹੈ ਹੋਰ ਦੂਜੀ ਕੁੜੀਆਂ ਜਿਹੜੀ ਸ਼ਾਬਾਦਦੀ ਹੈ ਇਹਨਾਂ ਦੀ ਜਿਹੜੀ ਸਟੋਰੀਜ਼ ਹੈਗੀ ਆ ਇਹਨਾਂ ਨੂੰ ਜਿਹੜਾ ਹੈ ਅੱਜ ਤੇ ਯੂਥ ਨੂੰ ਸਾਨੂੰ ਇਹ ਸਟੋਰੀ ਜ਼ਰੂਰ ਦੱਸਣੀ ਹੈ ਇਹਨਾਂ ਨੂੰ ਇਹ ਆਦੀਵਾਸੀ ਕੁੜੀਆਂ ਆ ਆਦੀਵਾਸੀ ਬੱਚੇ ਆ ਇਹਨਾਂ ਨੂੰ ਇੱਕ ਟਾਈਮ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ ਇਹਨੇ ਹੰਭਲ ਬੈਕਗਰਾਉਂਡ ਤੋਂ ਆਂਦੇ ਨੇ ਤੇ ਇਹ ਸਟੋਰੀ ਜਿਹੜੀ ਹੈ ਇਹ ਸਾਨੂੰ ਨੈਰੇਟ ਕਰਨੀ ਪੈਣੀ ਹੈ ਆਪਣੇ ਯੂਥ ਨੂੰ ਦੱਸਣੀ ਪੈਣੀ ਹੈ ਕਿ ਤੁਸੀਂ ਅਗਰ ਖੇਡਦੇ ਹੋ ਤੇ ਚੰਗਾ ਖੇਡਦੇ ਹੋ ਤੇ ਫਿਰ ਸਭ ਕੁਝ ਹੈ ਤੁਹਾਡੇ ਵਾਸਤੇ ਚਲੋ ਡਰਦੇ ਨੇ ਬਸ ওই ਕਿ ਸਾਡਾ ਕੈਰੀਅਰ ਕੀ ਹੋਏਗਾ ਹਮ ਕੈਰੀਅਰ ਕੀ ਹੋਊਗਾ ਸਵਾਲ ਇਹੀ ਹੈ ਉਸ ਲਈ ਪਾਲਸੀ ਬਣਨੀ ਚਾਹੀਦੀ ਹੈ ਕਿ ਡਰ ਨਾ ਰਵੇ ਤੁਹਾਡਾ ਮੈਂਟਲ ਸਟ्रेस ਨਾ ਰਵੇ ਦਿਮਾਗ 'ਚ ਇਹ ਨਾ ਰਵੇ ਕਿ ਮੈਨੂੰ ਨੌਕਰੀ ਕਿਵੇਂ ਮਿਲੂਗੀ ਜਦੋਂ ਤੁਸੀਂ ਖੇਡਦੇ ਹੋ ਮੈਦਾਨ ਦੇ ਵਿੱਚ ਪਸੀਨਾ ਵਹਾਉਂਦੇ ਹੋ ਉਦੋਂ ਤੁਹਾਡੇ ਲਈ ਇੱਕ ਮੋਹਰ ਲੱਗੀ ਹੋਣੀ ਚਾਹੀਦੀ ਹੈ ਕਿ ਤੁਹਾਡਾ ਪੂਰਕ ਸੁਰੱਖਿਅਤ ਹੈ ਇਹ ਇਹਨਾਂ ਪਾਲਿਸੀਸ ਤੇ ਸਾਡੀਆਂ ਸਰਕਾਰਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ ਕਿ ਹਾਲਾਂਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਸਟੂਡੀਓ ਵਿੱਚ ਬਹਿ ਕੇ ਉਹ ਜਿਹੀਆਂ ਗੱਲਾਂ ਕਰਨੀਆਂ ਬੜੀਆਂ ਸੁਖੀਆਂ ਪਰ ਅਸੀਂ ਖੁਦ ਮਿੱਟੀ 'ਚ ਮਿੱਟੀ ਹੋਏ ਹਾਂ ਤੇ ਉੱਥੋਂ ਸਾਨੂੰ ਪਤਾ ਲੱਗਿਆ ਕਿ ਇੱਕ ਖਿਡਾਰੀ ਕਿੰਨੀ ਮਿਹਨਤ ਕਰਦਾ ਹੈ ਜਿਹੜਾ ਉਹਨਾਂ ਤੇ ਪ੍ਰੈਸ਼ਰ ਹੁੰਦਾ ਜਦੋਂ ਮੈਦਾਨ ਵਿੱਚ ਉਤਰਦਾ ਹੈ ਉਹ ਪ੍ਰੈਸ਼ਰ ਕਿਵੇਂ ਚੱਲਣਾ ਹੈ ਜਦੋਂ ਉਸ ਪ੍ਰੈਸ਼ਰ ਦੀ ਤੁਹਾਨੂੰ ਸਮਝ ਨਹੀਂ ਆਉ ਕਿ ਤਾਂ ਫਿਰ ਤੁਸੀਂ ਟੀਵੀ ਦੇ ਸਾਹਮਣੇ ਬੈਠ ਕੇ ਵੀ ਸਵਾਲ ਚੁੱਕ ਸਕਦੇ ਹੋ ਕਿ ਇਹ ਖਿਡਾਰੀ ਵਧੀਆ ਨਹੀਂ ਖੇਡਿਆ ਇਹ ਖਿਡਾਰਾਂ ਵਧੀਆ ਨਹੀਂ ਖੇਡੀ ਕੀ ਜੋ ਤੱਕ ਤੁਹਾਨੂੰ ਸਕਿਲਸ ਦਾ ਨਹੀਂ ਪਤਾ ਉਹਨਾਂ ਦੀ ਸਟਰਗਲ ਸਟੋਰੀ ਨਹੀਂ ਪਤਾ ਉਹ ਤੱਕਰ ਤੁਹਾਨੂੰ ਸਵਾਲਾਂ ਦਾ ਵੀ ਨਹੀਂ ਪਤਾ ਹੋਊਗਾ ਇਸ ਕਰਕੇ ਚੋਣਾ ਕਿ ਅਸੀਂ ਉਹ ਗੱਲਬਾਤ ਅੱਗੇ ਵਧਾਈਏ ਤਾਂ ਜੋ ਤੁਹਾਨੂੰ ਸਵਾਲ ਵੀ ਪਤਾ ਲੱਜਣ ਕਿੰਨੇ ਤੇ ਕਿਹੜੇ ਸਵਾਲ ਚੁੱਕਣੇ ਆ ਤੇ ਜਵਾਬ ਵੀ ਪਤਾ ਲੱਜ ਜਾਵੇ ਕਿਉਂਕਿ ਕੋਈ ਖਿਡਾਰੀ ਹਾਰਨ ਲਈ ਮੈਦਾਨ ਚ ਨਹੀਂ ਉਤਰਦਾ ਵਾਪਸ ਆ ਰਿਹਾ ਕੁਫੇ ਤੁਹਾਡਾ ਸਤਿਕਾਰ ਦਰਨਚਾਰਿਆਵਾੜੀ ਡਾਕਟਰ ਬਾਂਸਲ ਕੋਚ ਸਾਹਿਬ ਸਾਡੇ ਨਾਲ ਮੌਜੂਦ ਹੈ ਕੀ ਹੈ ਕੋਚ ਸਾਹਿਬ ਮੈਂ ਇਸ ਹਾਕੀ ਦੀ ਜਿੱਤ ਨੂੰ ਜਾਂ ਹਾਕੀ ਦੀ ਪ੍ਰਾਪਤੀ ਨੂੰ ਕਿਸੇ ਵੀ ਹਿੱਸੇ ਵਿੱਚ ਵੰਡ ਕੇ ਨਹੀਂ ਦੇਖਣਾ ਚਾਹੁੰਦਾ ਪਰ ਜੋ ਸੱਚ ਹੈ ਉਹਦੀ ਗੱਲ ਹੋਣੀ ਲਾਜ਼ਮੀ ਹੈ ਕੋਚ ਸਾਹਿਬ ਤੁਸੀਂ ਵੀ ਇੰਨਾ ਗਰਾਊਂਡ ਦੇ ਵਿੱਚ ਹੀ ਖੇਡੇ ਹੋ ਅੱਗੇ ਵਧੇ ਹੋ ਪੰਜਾਬ ਹਰਿਆਣਾ ਦੇ ਗਰਾਊਂਡ ਦੇ ਵਿੱਚ ਮੈਂ ਜਾਨਣਾ ਚਾਹੁੰਦਾ ਪੰਜਾਬ ਹਰਿਆਣਾ ਚ ਬਹੁਤੇ ਪਲੇਅਰ ਹੁੰਦੇ ਹੁਣ ਤੱਕ ਦੀ ਹਿਸਟਰੀ ਇਹ ਕਹਿੰਦੀ ਹੈ ਬਾਂਸਲ ਸਾਹਿਬ ਉਸ ਦੇ ਬਾਅਦ ਜਿਹੜੇ ਨੈਸ਼ਨਲ ਕੈਂਪ ਲੱਗਦੇ ਆ ਉਹ ਪਪਾਲ ਦੀ ਤੁਸੀਂ ਗੱਲ ਕਰ ਰਹੇ ਹੋ ਬੰਗਲੌਰੂ ਦੀ ਗੱਲ ਹੋ ਰਹੀ ਆ ਉਹ ਇੱਥੇ ਸਾਡੇ ਇਧਰ ਕੈਂਪ ਕਿਉਂ ਨਹੀਂ ਲੱਗ ਪਾਉਂਦੇ ਉਹ ਵਜ੍ਹਾ ਕੀ ਆ ਅ ਐਕਚੁਅਲੀ ਕੈਂਪ ਲਾਣਾ ਜਿਹੜਾ ਹੈ ਨਾ ਉਹ ਮੇਨ ਕੰਮ ਜ ਉਹਨੂੰ ਡਿਸਾਈਡ ਕਰਨਾ ਕਿ ਕੈਂਪ ਅਸੀਂ ਕਿੱਥੇ ਲਾਣਾ ਤੇ ਇਹ ਫੈਡਰੇਸ਼ਨ ਤੇ ਨਿਰਭਰ ਹੁੰਦਾ ਹੈ ਫੈਡਰੇਸ਼ਨ ਕਰਦੀ ਹੈ ਹੁਣ ਰੀਸੈਂਟ ਪਾਸਟ ਚ ਕੀ ਹੋਇਆ ਕਿ ਇਹਨਾਂ ਨੇ ਦੋ ਤਿੰਨ ਸੈਂਟਰ ਬਣਾਤੇ ਮੇਨ ਕੀ ਕਿੱਥੇ ਨੈਸ਼ਨਲ ਕੈਂਪ ਕਿੱਥੇ ਲੱਗਿਆ ਕਰੇਗਾ ਫੈਸਿਲਿਟੀਆਂ ਕਿੱਥੇ ਹੈਗੀਆਂ ਸਾਇੰਟੀਫਿਕ ਸਟਾਫ ਕਿੱਥੇ ਹੈ ਸਾਇੰਟੀਫਿਕ ਜਿਹੜੀ ਲੈਬਸ ਹੈ ਉਹ ਯੂਜ਼ ਹੁੰਦੀ ਹੈ ਜਿਹੜੀ ਆਪਣੇ ਹਾਕੀ ਵਾਸਤੇ ਉਹ ਕਿੱਥੇ ਹੈ ਉਹ ਸਾਰੀ ਚੀਜ਼ ਫਿਰ ਜਿਵੇਂ ਬੈਂਗਲੁਰੂ ਦੀ ਗੱਲ ਆਉਂਦੀ ਹੈ ਪਹਿਲਾਂ ਵੀ ਬਹੁਤ ਪਹਿਲਾਂ ਵੀ ਬੈਂਗਲੁਰੂ ਕੈਂਪ ਲੱਗਦੇ ਰਹੇ ਨੇ ਤੇ ਹੁਣ ਤੇ ਪਿਛਲੇ ਕੁ ਸਾਲਾਂ ਤੋਂ ਬॉयਜ਼ ਵਾਸਤੇ ਬੈਂਗਲੁਰੂ ਨੂੰ ਹੀ ਪਰਮਾਨੈਂਟ ਸੈਂਟਰ ਬਣਾਤਾ ਜੀ ਤੇ ਉਹਦਾ ਰੀਜ਼ਨ ਸੀਗਾ ਕਿ ਬਈ ਉੱਥੇ ਪਹਿਲਾਂ ਹੁਣ ਤੇ ਖੈਰ ਬੜਾ ਫਰਕ ਆ ਗਿਆ ਬਟ अर्ਲियर ਉੱਥੇ ਕਲਾਈਮੈਟਿਕ ਕੰਡੀਸ਼ਨਸ ਇੰਨੀ ਚ ਅੱਛੀ ਹੁੰਦੀ ਸੀ ਕਿ ਸਾਰੇ ਸਾਲ ਆਲਮੋਸਟ ਇੱਕੋ ਜਿਹਾ ਕਲਾਈਮੇਟ ਰਹਿੰਦਾ ਸੀ ਤੇ ਉਹ ਬਹੁਤ ਜ਼ਿਆਦਾ ਗਰਮ ਵੀ ਨਹੀਂ ਬਹੁਤ ਜ਼ਿਆਦਾ ਠੰਡਾ ਵੀ ਨਹੀਂ ਤੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਉਹਨਾਂ ਨੇ ਸੈਂਟਰ ਬਣਾਤਾ ਸੀ ਹੁਣ ਵੀ ਬੈਂਗਲੌਰ ਹੀ ਸੈਂਟਰ ਹੈ ਔਰ ਕੁੜੀਆਂ ਦਾ ਵੈਸੇ ਤੇ ਭੋਪਾਲ ਬਣਾਇਆ ਹੋਇਆ ਲੇਕਿਨ ਅਜੇ ਪੂਰੀ ਤਰ੍ਹਾਂ ਭੋਪਾਲ ਕੈਂਪ ਨਹੀਂ ਹੁੰਦੇ ਵਿਚ हट ਗਏ ਸੀ ਬੈਂਗਲੌਰ ਹੋਣੇ ਲੱਗ ਪਏ ਹੋਣੇ ਸ਼ੁਰੂ ਹੋ ਗਏ ਤੇ ਉਹ ਤੁਹਾਡੀ ਗੱਲ ਜਿਹੜੀ ਹੈ ਕਿ ਨੌਰਚ ਕਿਉਂ ਨਹੀਂ ਹੁੰਦਾ ਪੰਜਾਬ ਜਾਂ ਹਰਿਆਣਾ ਤੇ ਉਹਦਾ ਰੀਜ਼ਨ ਜਿਹੜਾ ਹੈ ਉਹ ਇਹ ਹੀ ਹੈ ਜਿਹੜਾ ਮੈਂ ਦੱਸਿਆ ਕਿ ਬਹੁਤ ਸਾਰੀ ਫੈਸਿਲਿਟੀਆਂ ਇਹੋ ਜਿਹੀਆਂ ਜਿਹੜੀ ਕਿ ਇੱਥੇ ਸਾਨੂੰ ਅਜੇ ਮੋਹਿਆ ਨਹੀਂ ਹੋ ਸਕਦੀ ਔਰ ਉਹਦੇ ਚ ਜ਼ਿਆਦਾਤਰ ਗੱਲ ਕਰਦੇ ਆ ਤੇ ਜ਼ਿਆਦਾਤਰ ਗੱਲ ਹੁੰਦੀ ਹੈ ਸਾਇੰਟਿਫਿਕ ਸਟਾਫ ਐਂਡ ਆਲ ਪਹਿਲਾਂ ਕੁਝ ਸਾਲ ਪਹਿਲਾਂ ਤੱਕ ਪਟਿਆਲੇ ਲੱਗਦੇ ਰਹੇ ਕੁੜੀਆਂ ਦੇ ਕੈਂਪ ਨੈਸ਼ਨਲ ਕੈਂਪ ਮੈਕਸਿਮਮ ਪਟਿਆਲੇ ਹੀ ਲੱਗਦੇ ਸੀ ਫਿਰ ਵਿੱਚ ਹੋਇਆ ਪਟਿਆਲੇ ਦੀ ਟਰਫ ਥੋੜੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਜਿਹੜੇ ਕੋਚਸ ਨੇ ਉਹਨਾਂ ਕੋਚਸ ਵੀ ਥੋੜਾ ਜਿਹਾ ਉਹ ਸਪੋਰਟ ਕਰਦੇ ਨੇ ਬੈਂਗਲੌਰ ਨੂੰ ਉਹ ਵੀ ਚਾਹਦੇ ਆ ਉੱਥੇ ਦੀ ਕਲਾਈਮੈਟਿਕ ਕੰਡੀਸ਼ਨਸ ਔਰ ਇਹ ਸਾਰੀ ਚੀਜ਼ਾਂ ਦੇਖ ਕੇ ਤੇ ਬੈਂਗਲੌਰ ਸ਼ੁਰੂ ਹੋ ਗਿਆ ਕੈਂਪ ਤੇ ਉਹ ਕੁੜੀਆਂ ਦਾ ਕੈਂਪ ਵੀ ਹੁਣ ਪਟਿਆਲੇ ਨਹੀਂ ਲੱਗਦਾ ਆਲਮੋਸਟ ਬੈਂਗਲੋਰੀ ਲੱਗ ਰਿਹਾ ਹੈ ਜੀ ਤੇ ਕੁਝ ਚੀਜ਼ਾਂ ਹੈ ਜਿਨ੍ਹਾਂ ਨੂੰ ਸੋਚ ਕੇ ਕੀਤਾ ਜਾਂਦਾ ਹੈ ਕਿ ਕੈਂਪ ਇਹਾਂ ਲਗੇ ਵਾਹਾਂ ਲਗੇ ਇਸ ਤਰ੍ਹਾਂ ਕੋ ਸਭ ਇੱਕ ਮੈਂ ਸਮਝਣ ਚਾਹਨਾ মিডিਆ ਦਾ ਰੋਲ ਆ ਉਹ ਕੀ ਰਹਿੰਦਾ ਕਿਉਂਕਿ ਅਕਸਰ ਸਾਡੀ ਤੁਹਾਡੀ ਜਦੋਂ ਵੀ ਚਰਚਾ ਹੁੰਦੀ ਰਹੀ ਹੈ মিডিਆ ਦੇ ਰੋਲ ਤੇ ਹਮੇਸ਼ਾ ਸਵਾਲ ਚੁੱਕਦੇ ਰਹੇ ਹੋ ਤੁਸੀਂ ਤੁਸੀਂ ਵੀ ਚੱਕਦੇ ਰਹੇ ਹੋ ਕਿ ਹੁਣ ਤੋਂ ਸ਼ੁਰੂਆਤ ਵਿੱਚ ਹੀ ਇਹ ਗੱਲ ਕੀਤੀ ਹੈ ਸਾਡੇ ਕਪਤਾਨ ਮਨਪ੍ਰੀਤ ਨੇ ਵੀ ਇਹ ਗੱਲ ਕੀਤੀ ਹੈ ਆਪਦੇ ਪੇਲੇ ਜਿਹੜਾ ਮਨਪ੍ਰੀਤ ਦਾ ਸਾਡੇ ਸਾਹਮਣੇ ਬਿਆਨ ਆਇਆ ਆ মিডিਆ ਨੂੰ ਸਵੈ ਪਰਚੋਲ ਕਰਨ ਦੀ ਜ਼ਰੂਰਤ ਹੈ ਆਤਮ ਮੰਥਨ ਕਰਨ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਅੱਜ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਮੈਂ ਫੋਨ ਤੇ ਗੱਲ ਹੋ ਰਹੀ ਸੀ ਮੇਰੀ ਔਰ ਇੱਕ ਮੀਡੀਆ ਦੀ ਸਾਡੇ ਇਨਚਾਰਜ ਹੈ ਉਹਦੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਤੁਹਾਡੇ ਲੋਕਾਂ ਦੀ ਗੱਲ ਕਰ ਰਿਹਾ ਸੀ ਸਾਰਿਆਂ ਦੀ ਜਿਹੜੇ ਤੁਸੀਂ ਜਿਸ ਤੌਰ ਦੇ ਪੱਤਰਕਾਰ ਸ਼ੁਰੂਆਤ ਕੀਤੀ ਤੁਸੀਂ ਤੁਸੀਂ ਉਹ ਹੋਰ ਬੜੇ ਸਾਰੇ ਦਿੱਲੀ ਚ ਪੱਤਰਕਾਰ ਸੀ ਤੇ ਮੈਂ ਉਹਨੂੰ ਕਹਿ ਰਿਹਾ ਸੀ ਮੈਂ ਕਿਹਾ ਇਹ ਸਾਰੇ ਜਿਹੜੇ ਪੱਤਰਕਾਰ ਨੇ ਇਹ ਮੇਰੇ ਟਾਈਮ ਦੇ ਨੇ ਜਦੋਂ ਮੈਂ ਕੋਚ ਹੁੰਦਾ ਸੀ ਟੀਮ ਦਾ ਤੇ ਸਾਰੇ ਮੇਰੇ ਕੋਲ ਆ ਕੇ ਨੈਸ਼ਨਲ ਸਟੇਡੀਅਮ ਬੈੰਦੇ ਸੀ ਇੱਕ ਇੱਕ ਘੰਟਾ ਦੋ ਦੋ ਘੰਟਾ ਇਹਨਾਂ ਨੇ ਬੈਠਣਾ ਆ ਕੇ ਮੇ ਨਾਲ ਗੱਲਬਾਤ ਕਰਨੀ ਚਾਹੇ ਕੋਈ ਟੂਰਨਾਮੈਂਟ ਚੱਲ ਰਿਹਾ ਆ ਜਾਂ ਨਹੀਂ ਚੱਲ ਰਿਹਾ ਆਂਦੇ ਸੀ ਬੈ ਕੇ ਮੇ ਨਾਲ ਚਾਹ ਪੀਂਦੇ ਸੀ ਗੱਲਬਾਤ ਕਰਦੇ ਸੀ ਹੌਕੀ ਦੀ ਔਰ ਉਸ ਤੋਂ ਬਾਅਦ ਇਹ ਬੜਾ ਕੁਝ ਹੌਕੀ ਦੇ ਬਾਰੇ ਆਪ ਇਹਨਾਂ ਦੀ ਨੌਲੇਜ ਇੰਨੀ ਜ਼ਿਆਦਾ ਅੱਛੀ ਹੋ ਗਈ ਸੀ ਸਾਰਿਆਂ ਦੀ ਤੇ ਇਹ ਸਾਰੇ ਲਿਖਦੇ ਸੀ ਹੌਕੀ ਦੇ ਬਾਰੇ ਗੱਲਾਂ ਕਰਦੇ ਸੀ ਹੌਕੀ ਦੀ ਔਰ ਮੀਡੀਆ ਦਾ ਹੁਣ ਤਾਂ ਜਿਹੜਾ ਰੋਲ ਮੈਂ ਕਹਿੰਨਾ ਕਿ ਹੁਣ ਕੀ ਹੁੰਦਾ ਉਹ ਆਲਮੋਸਟ ਮੇਰੇ ਪੱਤਰਕਾਰ ਦੋਸਤ ਜਿਹੜੇ ਨਵੇਂ ਦੋਸਤ ਹੈ ਉਹ ਸ਼ਾਇਦ ਬੁਰਾ ਮਨ ਲਾਣਗੇ ਮੇਰੀ ਗੱਲ ਦਾ ਤੇ ਲੇਕਿਨ ਇਮਾਨਦਾਰੀ ਦੀ ਗੱਲ ਮੈਂ ਕਰ ਰਿਹਾ ਕਿ ਹੁਣ ਕੀ ਹੁੰਦਾ ਹੁਣ ਟਾਈਮ ਆ ਗਿਆ ਹੈ ਨੈਟ ਦਾ ਔਰ ਆਫਿਸ ਚ ਬੈ ਕੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਨੈਟ ਤੇ ਅਵੇਲੇਬਲ ਹੋ ਜਾਂਦੀ ਹੈ ਤੇ ਉਹਦੇ ਕੋਲ ਹੀ ਸਟੋਰੀਜ਼ ਅਗਰ ਕੋਈ ਹੁੰਦੀ ਹੈ ਤੇ ਛੋਟੀ ਮੋਟੀ ਸਟੋਰੀ ਲਿਖੀ ਜਾਂਦੀ ਹੈ ਹੁਣ ਉਹ ਸਟੋਰੀਜ਼ ਵੀ ਨਹੀਂ ਆਉਂਦੀ ਹੋਕੀ ਦੀ ਤੇ মিডিਆ ਨੂੰ ਬਹੁਤ ਕੁਝ ਸੋਚਣਾ ਹੈ ਦੇਖੋ মিডিਆ ਜਿਹੜਾ ਹੈ ਕਿਸੇ ਵੀ ਚੀਜ਼ ਨੂੰ ਉੱਤੇ ਜਾਂ ਥੱਲੇ ਲਿਆ ਸਕਦਾ ਹੈ ਅਗਰ ਅਸੀਂ ক্রিকেট ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਕਵਰੇਜ ਹੁੰਦੀ ਹੈ ਉਹਦੀ ক্রিকেট ਦੀ ਔਰ ਇੱਕ ਵੱਡਾ ਰੀਜ਼ਨ ਉਹ ਵੀ ਹੈ ਹਾਲਾਂਕਿ ਉਹਨਾਂ ਦੇ ਆਪਣੇ ਵੀ ਬੜੀ ਅੱਛਾਈਆਂ ਹੈਂ ক্রিকেট ਦੀ ਇਹ ਗੱਲ ਨਹੀਂ ਹੈ ਕਿ ਸਿਰਫ ਉਹ মিডিਆ ਨੇ ਕਰਤਾ ਜਾਂ ਪੈਸੇ ਨੇ ਕਰਤਾ ਉਹਨਾਂ ਦੀ ਆਪਣੇ ਗੇਮ ਨੂੰ ਰਨ ਕਰਨ ਦੀ ਵੀ ਬਹੁਤ ਸਾਰੀ ਅੱਛਾਈਆਂ ਹੈ ਤੇ মিডিਆ ਦਾ ਵੀ ਬਹੁਤ ਵੱਡਾ ਰੋਲ ਹੈ ক্রিকেট ਨੂੰ ਇੱਥੇ ਤੱਕ ਪਹੁੰਚਾਉਣ ਦਾ ਇਹ ਇੱਕ ਵਾਕੀ ਵਾਸਤੇ ਵੀ ਚਾਹੀਦਾ ਹੈ ਇਸ ਵੱਲ ਇਹਦੇ ਨਾਲ ਹੀ ਜੁੜਿਆ ਹੋਇਆ ਐ ਏਡਾ ਵੱਡਾ ਦਾਲ ਉੱਥੇ ਗਿਆ ਅ ਬਾਕੀ ਗੇਮਸ ਦੀ ਵੀ ਗੱਲ ਹੋ ਰਹੀ ਐ ਪਰ ਹਾਕੀ ਦੀ ਜਿੰਨੀ ਜ਼ਿਆਦਾ ਗੱਲ ਹੁਣ ਮੀਡੀਆ ਕਰਦਾ ਪਿਆ ਉਸ ਤੇ ਖੁਸ਼ੀ ਹੋ ਰਹੀ ਐ ਕਿੰਨੀ ਹੋ ਰਹੀ ਬੰਸ ਸਾਹਿਬ ਬਹੁਤ ਜ਼ਿਆਦਾ ਹੁਣ ਦੋ ਦਿਨ ਦੋ ਦਿਨ ਤੋਂ ਤੇ ਹੋ ਰਿਹਾ ਕਿ ਬਾਕੀ ਗੇਮਾਂ ਨੂੰ ਖੋਲੀ ਗਏ ਹਾਂ ਸਿਰਫ ਹਾਕੀ ਦੀ ਗੱਲ ਹੋ ਰਹੀ ਐ ਤੇ ਮੈਂ ਤੇ ਇਹੀ ਕਹਿੰਦਾ ਗੇਮ ਸਾਰੇ ਬਰਾਬਰ ਇਹਦੇ ਚ ਕੋਈ ਦੋ ਉਹ ਨਹੀਂ ਹੋਣੀ ਚਾਹੀਦੀ ਹਾਲਾਂਕਿ ਸਾਡੇ ਕੋਲ ਹੁੰਦੀ ਐ ਹਾਕੀ ਦਾ ਇਹ ਹੈਗਾ ਕਿ ਅਸੀਂ ਪਿਛਲੇ ਬਹੁਤ ਸਾਲਾਂ ਤੋਂ ਕੋਈ ਪੋਜੀਸ਼ਨ ਨਹੀਂ ਸੀ ਸਾਡੀ ਅਸੀਂ ਥੱਲੇ ਸੀ ਬਹੁਤ ਤੇ ਲੇਕਿਨ ਫਿਰ ਵੀ ਜਦੋਂ ਏਸ਼ੀਅਨ ਗੇਮਸ ਆਇਆ ਕਾਮਨਵੈਲਥ ਗੇਮਸ ਆਇਆ 올림픽 ਆਈ ਤੇ ਦਿਲ ਤੋਂ ਜਿਹੜੀ ਹੈ ਨਾ ਸਾਡੀ ਜਨਤਾ ਸਾਡੇ ਭੈਣ ਭਰਾ ਜਿਹੜੇ ਵੀ ਹੈਗੇ ਦੇਸ਼ 'ਚ ਤੇ ਉਹ ਚਾਹੇ ਹੋ ਕਿ ਜਾਣਦੇ ਨਾ ਉਹਨਾਂ ਬਿਲਕੁਲ ਵੀ ਲੇਕਿਨ ਦਿਲ ਤੋਂ ਉਹਨਾਂ ਨੂੰ ਪਿਆਰ ਹੈ ਔਰ ਚਾਹੇ ਉਹ ਪਿਆਰ ਲਾਸਟ ਮੂਮੈਂਟ ਤੇ ਉਹ ਮਰਦਾ ਹੈ ਲੇਕਿਨ ਦਿਲ ਤੋਂ ਪਿਆਰ ਕਰਦੇ ਨੇ ਹੁਣ ਦੋ ਦਿਨਾਂ ਤੋਂ ਅਸੀਂ ਦੇਖ ਰਹੇ ਕਿੰਨਾ ਜ਼ਿਆਦਾ ਹੋ ਰਿਹਾ ਮੈਂ ਵੀ ਚਾਰ ਲੈਣਾ ਛੱਡ ਦਿੰਦਾ ਮੈਂ ਆਪਣੇ ਉਹਦੇ ਤੇ ਸੋਸ਼ਲ ਮੀਡੀਆ ਤੇ ਤੇ ਇਹਨੇ ਮੇਰੇ ਯਾਰ ਦੋਸਤ ਸਭ ਕਮੈਂਟ ਕਰਦੇ ਨੇ ਉਹ ਅੱਛਾ ਲੱਗਦਾ ਹੈ ਸਾਡੇ ਤੇ ਕੋਈ ਗਿਲਾ ਹੈਗਾ ਤਾਂ ਅੱਜ ਦੱਸ ਦਿਓ ਸਾਰੇ ਸਾਹਮਣੇ ਕੋਈ ਦਿੱਕਤ ਨਹੀਂ ਹੈ ਨਹੀਂ ਨਹੀਂ ਸਾਡੇ ਉੱਤੇ ਤਾਂ ਕੋਈ ਕੋਈ ਇਲਜ਼ਾਮ ਤੇ ਕਿਸੇ ਪਾਰਟਿਕੂਲਰ ਇਲਜ਼ਾਮ ਕਿਸੇ ਤੇ ਕੋਈ ਨਹੀਂ ਹੈ ਇਹ ਤੇ ਇਹ ਨੌਲ ਹੈਗਾ ਸਾਰਾ ਤੇ ਤੁਸੀਂ ਵੀ ਉਹਦੇ ਪਾਰਟਨਰ ਹੋਏ ਜਦੋਂ মিডিਆ ਮੈਨ ਹੋਤੇ ਫਿਰ ਨੈਚੁਰਲੀ ਯੂ ਆਰ ਅਲੋਂਗ ਵਿਦ them ਹਾਂ ਚਲੋ ਸਾਨੂੰ ਸਾਰਿਆਂ ਨੂੰ ਸਵਾਇਪਰਚੋਲ ਕਰਨੀ ਚਾਹੀਦੀ ਹੈ ਕੋਸ਼ਿਸ਼ ਮੈਨੂੰ ਤਾਂ ਇਹ ਲੱਗਦਾ ਕਿ ਅਸੀਂ ਆਪਣੀ ਖੇਡ ਨੂੰ ਇੰਨਾ ਮਜ਼ਬੂਤ ਕਰ ਲਈਏ ਕਿ ਮੀਡੀਆ ਨੂੰ ਮਜਬੂਰ ਹੋਣਾ ਪਵੇ ਤੁਹਾਡੀ ਗੱਲ ਕਰਨੀ ਪਵੇ ਤੁਹਾਡੀ ਗੱਲ ਕਰਨੀ ਪਵੇ ਕੋਈ ক্রিকেট ਵਾਲੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੈਂ ਉਹੀ ਗੱਲ ਕਰ ਰਿਹਾ ਸੀ ਤੁਹਾਨੂੰ ਹਾਂ ਕਿ ਉਹਨਾਂ ਨੇ ਬਹੁਤ ਸਾਰੀ ਚੀਜ਼ਾਂ ਚੁਣਾਦੀ ਅਛਾਈਆਂ ਵੀ ਹੈ ਜਿਹੜਾ ਮੀਡੀਆ ਵੀ ਫੋਲੋ ਕਰਦਾ ਹੈ ਬਹੁਤ ਅਲੱਗ ਚੀਜ਼ਾਂ ਵੀ ਹੈ ਬਹੁਤ ਪੈਸਾ ਹੈ ਉਹ ਸਭ ਅਲੱਗ ਚੀਜ਼ਾਂ ਹੈ ਲੇਕਿਨ ਬਹੁਤ ਸਾਰੀ ਉਹਨਾਂ ਦੀ ਅਛਾਈਆਂ ਵੀ ਹੈ ਜਿਹੜੀ ਕਿ ਸਾਨੂੰ ਫੋਲੋ ਕਰਨੀ ਚਾਹੀਦੀ ਹੈ ਤੇ ਉਹ ਹੀ ਤੁਸੀਂ ਗੱਲ ਕਰਤੀ ਜੀ ਆਪਣਾ ਗੇਮ ਨੂੰ ਇੰਨਾ ਮਜ਼ਬੂਤ ਕਰ ਦਿੱਤੀ ਹੈ ਕਿ ਮੀਡੀਆ ਅੱਖ ਮੀਚੀ ਨਾ ਸਕੇ ਕਦੀ ਵੀ ਉਹਨੂੰ ਮਜਬੂਰ ਹੋ ਕੇ ਜਿਹੜਾ ਇਹ ਕਰਨਾ ਪਏਗਾ ਸਾਡੇ ਵਾਸਤੇ ਚਲੋ ਕੋਸਬ ਇੱਕ ਹੋਰ ਛੋਟਾ ਬ੍ਰੇਕ ਲਊਗਾ ਬ੍ਰੇਕ ਤੋਂ ਵਾਪਸ ਆਵਾਂਗੇ ਤੇ ਕੋਸਬ ਨਾਲ ਹੋਰ ਵੀ ਗੱਲਬਾਤ ਕਰਾਂਗੇ ਅਸੀਂ ਉਹ ਗੱਲਬਾਤ ਤੁਹਾਡੇ ਅੱਗੇ ਰੱਖਣਾ ਚਾਹੁੰਦੇ ਹਾਂ ਜਿਹੜੀ ਅਸਲ ਦੇ ਵਿੱਚ ਸਾਡੀ ਖੇਡ ਨੂੰ ਜਿੰਸੀ ਜ਼ਰੂਰਤ ਹੈ ਕੀ ਹੈ ਐਸਟੋਟਰਸ ਦੀ ਜ਼ਰੂਰਤ ਹੈ ਕੀ ਹੈ ਕਿਹੜੇ ਰੰਗ ਦੀ ਐਸਟੋਟਰਸ ਹੋਵੇ ਇਸ ਦਾ ਵੀ ਸਾਨੂੰ ਸੋਚਣਾ ਪਵੇਗਾ ਪਰ ਸਵਾਲ ਇਹ ਹੋਣੇ ਚਾਹੀਤੇ ਹੈ ਕਿ ਅਸੀਂ ਲੋਕ ਆ ਉਦੋਂ ਹੀ ਕਿਉਂ ਜਾਗਦੇ ਆ ਉਦੋਂ ਹੀ ਕਿਉਂ ਇਨਾਮਾਂ ਦੀ ਵਾਛੜ ਕਰਦੇ ਆ ਜਦੋਂ ਸਾਡੇ ਖਿਡਾਰੀ ਕੁਝ ਕਰਦੇ ਆ ਉਸ ਤੋਂ ਪਹਿਲਾਂ ਜੇ ਅਸੀਂ ਉਹਨਾਂ ਲਈ ਨੀਤੀਆਂ ਇਹੋ ਜਿਹੀਆਂ ਘੜੀਆਂ ਹੁੰਦੀਆਂ ਤਾਂ ਇਨਾਮਾਂ ਦੀ ਵਾਛੜ ਆ ਜਿਹੜੀ ਉਹ ਵੀ ਸੋਹਣੀ ਲੱਗਣੀ ਹੈ ਉਹ ਵੀ ਚੰਗੀ ਲੱਗੂਗੀ ਜ਼ਰੂਰੀ ਹੈ ਇਨਾਮ ਦੇਣਾ ਚਾਹੀਦਾ ਖਿਡਾਰੀਆਂ ਨੂੰ ਬਹੁਤ ਮਿਹਨਤ ਕਰਦੇ ਆ ਇਹ ਕੈਰੀਅਰ ਬਹੁਤ ਛੋਟਾ ਹੁੰਦਾ ਉਸ ਦੌਰਾਨ ਹੀ ਆਪਣੀ ਜ਼ਿੰਦਗੀ ਦਾ ਪੂਰਾ ਜਿਹੜਾ ਸਫ਼ਰ ਉਹ ਤਿਆਰ ਕਰਨਾ ਹੁੰਦਾ ਉਸ ਦਾ ਭਵਿੱਖ ਦੀ ਰਚਨਾ ਕਰਨੀ ਹੁੰਦੀ ਹੈ ਉਹਨਾਂ ਦਿਨਾਂ ਵਿੱਚ ਜੇ ਉਹਨਾਂ ਨੂੰ ਅੱਛੇ ਸਪான்ਸਰ ਮਿਲਦੇ ਆਂ ਅੱਛੀ ਐਡਵਰਟਾਈਜ਼ਮੈਂਟ ਮਿਲਦੀ ਆਂ ਉਸ ਦੇ ਵਿੱਚ ਜਿਹੜੀਆਂ ਫੈਡਰੇਸ਼ਨਸ ਐ ਐਸੋਸੀਏਸ਼ਨਸ ਐ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਉਹਨਾਂ ਸਾਰਿਆਂ ਨੂੰ ਜਾਣਨਾ ਪਊ ਕਾ ਇਸ ਕਰਕੇ ਸਵਾਲ ਆ ਜਿਹੜਾ ਪੋਲਿਟਿਕਸ ਤੇ ਵੀ ਉੱਠਦਾ ਪਿਆ ਉਹਨਾਂ ਨੇ ਨੀਤੀਆਂ ਕਿਹੜੀਆਂ ਬਣਾਈਆਂ ਤੇ ਕਿਹੜੀਆਂ ਨੀਤੀਆਂ ਦੀ ਵਜ੍ਹਾ ਕਰਕੇ ਇਹ ਟੀਮਾਂ ਜਿਹੜੀਆਂ ਅੱਜ ਕੁਝ ਕਰਨ ਦੇ ਕਾਬਿਲ ਹੋ ਸਕੀਆਂ ਨੇ ਚਾਰ ਦਹਾਕਿਆਂ ਦੇ ਬਾਅਦ ਬਹੁਤ ਲੰਮਾ ਇੰਤਜ਼ਾਰ ਕਰਨਾ ਪਿਆ ਸਾਨੂੰ ਤੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਗਲੀ ਵਾਰੀ ਸਾਨੂੰ ਇਹੀ ਚਰਚਾ ਕਰਨੀ ਪਵੇ ਅਗਲੀ ਵਾਰ ਕੋਈ ਹੋਰ ਚਰਚਾ ਕਰਨੀ ਪਵੇ ਇਸ ਲਈ ਅੱਜ ਇਹ ਸਵਾਲ ਚੁੱਕਦੇ ਪਏ ਆਂ ਵਾਪਸ ਆ ਰਹੇ ਟੋਕਿਓ ਤੋਂ ਹਾਕੀ ਕੀ ਲਿਆਈ ਇਸੇ ਸਵਾਲ ਤੇ ਅਸੀਂ ਚਰਚਾ ਕਰ ਰਹੇ ਹਾਂ ਡਾਕਟਰ ਅਜੇ ਬਾਂਸਲ ਸਾਡਾ ਮੌਜੂਦ ਹੈ ਕਿ ਦਰੋਣਾਚਰੇ ਬਾਟੀ ਨੇ 2010 ਦੇ ਵਿੱਚ ਉਹਨਾਂ ਨੂੰ ਅਵਾਰਡ ਹੋਇਆ ਸੀਗਾ ਕੋ ਸਾਬ ਅਸੀਂ ਆਖਰੀ ਹਿੱਸੇ ਵਿੱਚ ਹਾਂ ਕੋ ਸਾਬ ਜਦੋਂ ਹਾਕੀ ਦੀ ਗੱਲ ਹੁੰਦੀ ਹੈ ਤੇ ਉਦੋਂ ਸਾਡੇ ਇਮੋਸ਼ਨਸ ਆਪਣੇ ਆਪ ਬਾਹਰ ਨਿਕਲੇ ਆਉਂਦੇ ਆ ਮੈਂ ਉਹਨਾਂ ਸਾਰੇ ਸਾਬਕਾ ਹਾਕੀ ਖਿਡਾਰੀਆਂ ਦੀ ਗੱਲ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਸੁਪਨੇ ਸੰਜੋਏ ਜਿਨ੍ਹਾਂ ਨੇ ਜੋਰ ਲਾਇਆ ਮੈਦਾਨ ਵਿੱਚ ਵੀ ਮੈਦਾਨ ਤੋਂ ਬਾਹਰ ਵੀ ਜਦੋਂ ਹੁਣ ਉਹਨਾਂ ਨਾਲ ਗੱਲ ਹੁੰਦੀ ਹੈ ਤਾਂ ਇਮੋਸ਼ਨਲ ਹੋ ਜਾਂਦੇ ਤੁਸੀਂ ਵੀ ਹੋਏ ਸੀਗੇ ਮਾਨਸ ਸਾਹਿਬ ਮੈਂ ਤੇ ਕੱਲ ਪਰਸੋਂ ਮੈਂ ਇੱਕ ਟੀਵੀ ਤੇ ਸੀਗਾ ਪ੍ਰੋਗਰਾਮ ਤੇ ਮੇਰੀ ਆਵਾਜ਼ ਹੀ ਨਹੀਂ ਨਿਕਲ ਰਹੀ ਸੀ ਬਿਲਕੁਲ ਇਮੋਸ਼ਨਲ ਹੋਇਆ ਸੀ ਇਹ ਇਹ ਇਮੋਸ਼ਨਲ ਹੋਣ ਦਾ ਟਾਈਮ ਹੀ ਸੀ ਯਾਰ ਕਿਉਂਕਿ ਸਾਨੂੰ ਇੰਨਾ ਵੇਟ ਕਰਨਾ ਪਿਆ ਇੰਨੀ ਲੰਬੀ ਜਿਹੜੀ ਸਾਡੀ ਉਹ ਸੀਗੀ ਤੇ ਵੇਟਿੰਗ ਪੀਰੀਅਡ ਜਿਣਾ ਸੀਗਾ ਤੇ इमोशनल ਤੇ ਨੇਚਰਲੀ ਹਰ ਬੰਦਾ ਜਿਹੜਾ ਵੀ ਹੋਕੀ ਦੇ ਮੈਚ ਮੈਨੂੰ ਲੱਗਦਾ ਮੈਨੂੰ ਲੱਗਦਾ ਕੋਸਾ ਤੁਸੀਂ ਹੁਣ ਵੀ इमोशनल ਹੋ ਰਹੇ ਹੋ ਨਹੀਂ ਉਹ ਤੇ ਖੈਰ ਮੈਂ ਉਹ ਹੀ ਕਹ ਰਾਂ ਕਿ ਦੇਖੋ ਥੋੜਾ ਬਹੁਤ इमोशनल ਤੇ ਹੋਣਾ ਵੀ ਬਹੁਤ ਜ਼ਰੂਰੀ ਹੈ ਕੁਝ ਵੀ ਕੋਈ ਵੀ ਕੰਮ ਕਰੋ ਜਦੋਂ ਦਿਲ ਤੋਂ ਕਰਦੇ ਹੋ ਤੇ ਇਮੋਸ਼ਨਸ ਆਪਣੇ ਆਪ ਜਗਦੇ ਨੇ ਬੰਦੇ ਦੇ ਅਹੀ ਸਵਾਲ ਪੱਤਰਕਾਰਾਂ ਨਾਲ ਵੀ ਜੁੜਿਆ ਹੈ ਕਿ ਦਿਲ ਤੋਂ ਜਿਹੜਾ ਪੱਤਰਕਾਰਤਾ ਕਰਦਾ ਖੇਡ ਪੱਤਰਕਾਰਤਾ ਖਾਸ ਕਰਕੇ ਉਹ ਦਿਲ ਤੋਂ ਜੁੜਿਆ ਹੁੰਦਾ ਹੈ ਅਸੀਂ ਵੀ ਜਦੋਂ ਹੋਕੀ ਦੀ ਗੱਲ ਕਰਦੇ ਹਾਂ ਜਦੋਂ ਇਹਨੂੰ ਕਵਰ ਕਰਦੇ ਰਹੇ ਹਾਂ ਅਸੀਂ ਹੋਕੀ ਨੂੰ ਉਦੋਂ ਜਦੋਂ ਵੀ ਇਹੋ ਜਿਹੀ ਕੋਈ ਘਟਨਾ ਵਾਪਰਦੀ ਸੀ ਮੈਨੂੰ ਉਸ ਦੀ ਉਦਾਹਰਨ ਦੇਣ ਦੀ ਜਰੂਰਤ ਨਹੀਂ ਹੈਗੀ ਤੁਹਾਨੂੰ ਸਾਰੀਆਂ ਉਦਾਹਰਨਾਂ ਪਤਾ ਅਸੀਂ ਅੱਜ ਵੀ ਇਮੋਸ਼ਨਲ ਹੋ ਜਾਂਦੇ ਆ ਜਿਹੜੇ ਖਿਡਾਰੀ ਉੱਥੇ ਖੇਡਦੇ ਆ ਉਹਨਾਂ ਤੇ ਪ੍ਰੈਸ਼ਰ ਕਿੰਨਾ ਰਹਿੰਦਾ ਕੋ ਸਾਹਿਬ ਸਵਾਲ ਤਾਂ ਉਹਨਾਂ ਉਹਨਾਂ ਖਿਡਾਰੀਆਂ ਦਾ ਹੈ ਜਿਹੜੇ ਜਿੰਦੇ ਵਾਸਤੇ ਪੂਰਾ ਦੇਸ਼ ਇਮੋਸ਼ਨਲ ਹੋ ਜਾਂਦਾ ਹੈ ਉਹ ਖਿਡਾਰੀ ਅੰਦਰ ਜਦੋਂ ਉਹਨਾਂ ਤੇ ਇਲਜ਼ਾਮ ਇਹ ਲਾਏ ਜਾਂਦੇ ਆ ਕਿ ਭਾਈ ਤੂੰ ਮਾੜਾ ਖੇਡਿਆ ਤੂੰ ਚੰਗਾ ਨਹੀਂ ਖੇਡਿਆ ਉਹਨੂੰ ਟਰੋਲ ਕੀਤਾ ਜਾਂਦਾ ਹੈ ਸਵਾਲ ਸਰ ਮੈਂ ਉਸਦੀ ਮਾਨਸਿਕ ਦਸ਼ਾ ਦਾ ਕਰਨਾ ਚਾਹੁੰਦਾ ਇੱਕ ਖਿਡਾਰੀ ਕੀ ਸੋਚਦਾ ਜਦੋਂ ਗਰਾਊਂਡ ਵਿੱਚ ਉਤਰਦਾ ਤੇ ਬਾਹਰ ਜਦੋਂ ਉਹਦੀ ਹੂਟਿੰਗ ਹੁੰਦੀ ਹੈ ਹੁਣ ਤਾਂ ਕਰੋਨਾ ਕਰਕੇ ਹਾਲਾਤ ਇਹ ਹੋ ਜਿਆ ਕਿ ਉੱਥੇ ਸਟੇਡੀਅਮਸ ਨਾ ਤੁਸੀਂ ਗੈਦਰਿੰਗ ਕਰ ਸਕਦੇ ਨਾ ਕਰਾਊਡ ਹੈ ਕਿਆ ਮੈਂ ਇਸ ਕਰਕੇ ਉਹਦੀ ਮਾਨਸਿਕ ਦਸ਼ਾ ਦਾ ਸਵਾਲ ਕਰ ਰਿਹਾ ਸੀਗਾ ਕੋ ਸਰ ਅ ਜਿਹੜਾ ਮੈਂ ਪਹਿਲਾਂ ਗੱਲ ਕਹੀ ਸੀ ਤੇ ਹੁਣ ਤੁਸੀਂ ਜਿਹੜਾ ਮਾਨਸਿਕ ਦਸ਼ਾ ਦੀ ਗੱਲ ਕਰ ਰਹੇ ਹੋ ਇਹ ਜਿਹੜਾ ਸਾਡਾ ਹੁਣ ਰਿਜ਼ਲਟ ਆਇਆ ਹੈ ਇਸ ਵਾਰ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਇਸ ਰਿਜ਼ਲਟ 'ਚ ਇਸ ਮਾਨਸਿਕ ਦਸ਼ਾ ਦਾ ਪਹਿਲਾਂ ਕੀ ਹੁੰਦਾ ਸੀ ਪਲੇਅਰ ਸੀਨੀਅਰ ਪਲੇਅਰ ਜੂਨੀਅਰ ਪਲੇਅਰ ਵਿਚ ਇਨ ਅ ਗੈਪ ਹੁੰਦਾ ਸੀ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਅੰਦਰ ਟੌਰਚਰ ਵੀ ਕਰਦੇ ਸੀ ਕਈ ਵਾਰੀ ਪਲੇਅਰ ਤੂੰ ਇਹੋ ਜਿਹਾ ਖੇਡ ਰਿਹਾ ਤੂੰ ਇਹ ਗਲਤੀ ਕਰਤੀ ਤੂੰ ਉਹ ਗਲਤੀ ਕਰਤੀ ਇਹ ਚੀਜ਼ ਮੈਂ ਇਸ ਵਾਰੀ ਟੀਮ 'ਚ ਜ਼ੀਰੋ 0% ਦੇਖੀ ਹੈ ਤੇ ਚਾਹੇ ਕਿਸੇ ਤੋਂ ਗਲਤੀ ਹੋਈ ਪਲੇਅਰ ਤੋਂ ਕਿਸੇ ਨੇ ਉਹਨੂੰ ਤੂੰ ਤੜਾਕ ਨਹੀਂ ਕੀਤੀ ਸਾਰੇ ਪਲੇਅਰ ਖੇਡਦੇ ਰਹੇ ਇੱਕ ਬਰਾਬਰ ਖੇਡਦੇ ਰਹੇ ਔਰ ਇਹ ਦੋਨੋਂ ਪੀਮਾ ਚ ਰਿਹਾ ਔਰ ਮੈਨੂੰ ਇਹ ਇੱਕ ਬਹੁਤ ਵੱਡਾ ਰੀਜ਼ਨ ਲੱਗ ਰਿਹਾ ਹੈ ਟੀਮ ਜਿਹੜੀ ਇਸ ਤਰ੍ਹਾਂ ਐਗਜ਼ਿਊਟ ਹੋ ਕੇ ਖੇਡੀ ਕਿਸੇ ਨੂੰ ਕਲਤ ਹੋਇਆ ਤੇ ਕਿਸੇ ਨੇ ਵੀ ਉਹਨੂੰ ਉਹਦਾ ਉਹ ਠਰਾਇਆ ਨਹੀਂ ਉਸ ਗਲਤੀ ਦਾ ਜ਼ਿੰਮੇਵਾਰ ਨਹੀਂ ਠਰਾਇਆ ਅੰਦਰ ਉਹਦੇ ਵੱਲ ਉਹਨੇ ਕੋਈ ਗਾਲ ਨਹੀਂ ਕੱਢੀ ਉਹਨੇ ਕੋਈ ਉਹਨੂੰ ਦੇਖਿਆ ਨਹੀਂ ਘੂਰਿਆ ਨਹੀਂ ਔਰ ਸਭ ਖੇਡਦੇ ਰਹੇ ਚਾਹੇ ਗਲਤ ਹੋਏ ਜਾਂ ਠੀਕ ਹੋਏ ਸਭ ਖੇਡਦੇ ਰਹੇ ਔਰ ਪਲੇਅਰ ਤੇ ਉੱਤੇ ਆਪਣੇ ਆਪ ਹੀ ਬਹੁਤ ਜ਼ਿਆਦਾ ਇਹ ਸਾਨੂੰ ਲੱਗਦਾ ਹੈ ਬਾਹਰ ਬੈਠ ਕੇ ਉਹ ਯਾਰ ਥੋੜਾ ਜਾ ਇਹਨੂੰ ਅੱਗੇ ਵਜਾਂਦਾ ਤੇ ਇਹਨੂੰ ਬਾਲ ਮਿਲ ਜਾਂਦੀ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਲੇਅਰ ਉਹਨੂੰ ਵੀ ਪਤਾ ਹੈ ਕਿ ਅਗਰ ਮੈਂ ਦੋ ਕਦਮ ਹੋਰ ਅੱਗੇ ਵਜਾਂਦਾ ਮੈਨੂੰ ਇਹ ਬਾਲ ਮਿਲ ਜਾਏਗੀ ਔਰ ਉਹ ਟਰਾਈ ਵੀ ਕਰਦਾ ਹੈ ਲੇਕਿਨ ਉਸ ਤਰ੍ਹਾਂ ਉਸ ਟਾਈਮ ਕੀ ਹਾਲਾਤ ਹੁੰਦੇ ਨੇ ਉਹ ਇੱਕਦਮ ਸਟਾਂਸ ਲੈ ਸਕਦਾ ਹੈ ਕਿ ਨਹੀਂ ਲੈ ਸਕਦਾ ਔਰ ਕੀ ਅਪੋਨੈਂਟ ਦਾ ਉਹਦੇ ਉੱਤੇ ਪ੍ਰੈਸ਼ਰ ਹੈ ਉਹ ਸਾਰੀ ਚੀਜ਼ਾਂ ਤੇ ਪਲੇਅਰਾਂ ਤੇ ਤਾਂ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ

ਕੋ ਸਭ ਇੱਕ ਫਿਲਮ ਆਈ ਸੀ ਚੱਕ ਦੇ ਇੰਡੀਆ ਉਹਦਾ ਜ਼ਿਕਰ ਵਾਰ-ਵਾਰ ਹੁੰਦਾ ਜਦੋਂ ਵੀ ਹਾਕੀ ਦੀ ਗੱਲ ਹੁੰਦੀ ਹੈ ਇਹ ਇੱਕ ਦੀ ਫਿਲਮ 'ਚ ਤੁਸੀਂ ਵੀ ਕੰਮ ਕੀਤਾ ਜਦ ਤੱਕ ਮੈਨੂੰ ਯਾਦ ਹੈ ਅ ਰੀਅਲ ਤੇ ਰੀਅਲ ਲਾਈਫ ਦੇ ਵਿੱਚ ਕਿੰਨਾ ਫਰਕ ਹੈ ਤੁਸੀਂ ਕਿਹੜੀ ਫਿਲਮ 'ਚ ਕੰਮ ਕੀਤਾ ਸੀ ਉਹ ਵੀ ਨਾਲ ਦੱਸੋ ਉਹ ਸੀਗੀ ਪ੍ਰਤਪਾਲ ਸਿੰਘ ਤੇ ਬਣੀ ਸੀ ਇੱਕ ਟੀਮ ਫਿਲਮ ਦੀ ਅਨਸੰਗ ਹੀਰੋ ਪ੍ਰਤਪਾਲ ਸਿੰਘ ਜਿਹੜੇ ਆਪਣੇ 64 ਵਾਲੇ ਕੈਪਟਨ ਸੀਗੇ ਜੀ ਪ੍ਰਤਪਾਲ ਸਿੰਘ ਤੇ ਪੀਯੂ ਚ ਜਿਹੜੇ ਜਿਨ੍ਹਾਂ ਦਾ ਕੇਸ ਹੋਇਆ ਸੀ ਉਸ ਉਹਦੇ ਤੇ ਬਣੀ ਸੀ ਉਹ ਪਿਕਚਰ ਤੇ ਉਹਦੇ ਚ ਮੇਰਾ ਰੋਲ ਤਾਂ ਵੈਸੇ ਹੀ ਛੋਟਾ ਜਿਹਾ ਸੀਗਾ ਤੇ ਮੈਂ ਉਹ ਇਨਸੀਡੈਂਟ ਜ਼ਰੂਰ ਦੱਸਣਾ ਚਾਹਨਾ ਹੈ ਜੇ ਟਾਈਮ ਹੈ ਤੇ ਨਹੀਂ ਨਹੀਂ ਬੋਲੋ ਸਰ ਤੁਸੀਂ ਸਰਦਾਰਾਂ ਦਾ ਰੋਲ ਕਦੇ ਛੋਟਾ ਨਹੀਂ ਹੁੰਦਾ ਬੋਲੋ ਤੇ ਮੈਂ ਉਹਨੂੰ ਪੁੱਛਿਆ ਜਿਹੜਾ ਉਹਦਾ ਟੈਕਨੀਕਲ ਡਾਇਰੈਕਟਰ ਸੀ ਮੈਂ ਉਹਨੂੰ ਪੁੱਛਿਆ ਮੈਂ ਕਿ ਉਹ ਹਾਕੀ ਕਵਰ ਕਰਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ हाई हॉकी कवर करता सी बंदा थोड़ा पत्रकार भरा तो टेक्निकल डायरेक्टर उस फिल्म था। तो मैं मैं यार तो चंडीगढ़ में शूटिंग हो रही ए, मैं हिंदी गल करी इस करके हिंदी बोल रहा कि मैं क्या यार चंडीगढ़ में शूटिंग हो रही है और इतने सारे एक से बड़े कोच हैं यहाँ पर पंजाब में और खास तौर से मेरे सिख भाई कोच हैं तूने गंजे बंदे को क्यों बुला लिया और उसके ऊपर पगड़ी पहना दी उसको और दाढ़ी वाड़ी लगा दी अपने लिए मैं कह रहा था जी। अपने वास्ते मैं कह यार तू तु, क्यों तूने ये डिसीजन लिया मेरे को क्यों बुलाया तो वो जवाब फिर कहता को साहब मैंने आपको इसलिए बुलाया मुझे आज भी आपके ड्रेसिंग रूम में वो पेपटॉक्स याद है जो आप अपनी टीम को लास्ट मिनट पे दिया करते थे पेपटॉक्स और जिनसे मैंने बहुत बार रिजल्ट बदलते हुए देखा है तो कहता मैंने मेरे को जब बात आई यहाँ पर कि कोच कौन होगा उसका बहुत थोड़े समय का रोल था लेकिन बहुत इंपॉर्टेंट रोल था तो कहता मेरे को आपके सिवा कोई दूसरा बंदा नहीं दिखा और यही होया उन्होंने दो पेज दी स्क्रिप्ट और मेरा रोल सीगा मेन मैच तो पहला ड्रेसिंग रूम चे स्क्रिप्ट दिखती तो मैं उन्होंने कहा मैं क्या यार ये डायलॉग इतने लंबे लंबे कौन याद करेगा मुझे तो याद नहीं होंगे तो कहने लगा नहीं को साहब आप करो इसको टुकड़ों में कर देंगे जो शुरुआत हुई

ਉਹ ਉਸ ਫਿਲਮ ਚ ਉਹ ਜਿਹੜਾ ਉਹ ਸੀਨ ਸੀਗਾ ਤੇ ਮੈਨੂੰ ਬਾਅਦ ਚ ਜਦੋਂ ਅਸੀਂ ਡਬਿੰਗ ਸ਼ਵਿੰਗ ਕਰ ਰਹੇ ਸੀ ਅਸਿਸਟੈਂਟ ਡਾਇਰੈਕਟਰ ਵਗੈਰਾ ਕਹਿੰਦੇ ਸਰ ਹਮ ਤੋ ਇਸਕੋ ਬਾਰ-ਬਾਰ ਰੀਵਾਈਂਡ ਕਰਕੇ ਦੇਖਦੇ ਹਾਂ ਡਾਇਲੌਗਸ ਆਪਕੇ ਹਮੇ ਇਤਨਾ ਮਜ਼ਾ ਆਤਾ ਹੈ ਇਸ ਗੋਲਮ ਲਾਗੇ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਜੋ ਵੀ ਕੰਮ ਕਰੋ ਦਿਲ ਤੋਂ ਕਰੋ ਚਾਹੇ ਹਾਕੀ ਖੇਡੋ ਤੇ ਚਾਹੇ ਹਾਕੀ ਕਵਰ ਕਰੋ ਤੇ ਚਾਹੇ ਹਾਕੀ ਤੇ ਫਿਲਮ ਬਣੇ ਕੁਝ ਵੀ ਕੁਝ ਵੀ ਬਿਲਕੁਲ ਬਿਲਕੁਲ ਔਰ ਦਿਲ ਦਿਲ ਜਿਹੜਾ ਉਹ ਚੱਕਦਾ ਇੰਡੀਆ ਵਾਲੀ ਗੱਲ ਹੈਗੀ ਕਿ ਉਹ ਆਪਣੇ ਆਪ ਚ ਪੂਰੀ ਫਿਲਮ ਤੇ ਉਹੀ ਬਣੀ ਸੀ ਹਾਕੀ ਦੇ ਬਾਰੇ ਹਾਲਾਂਕਿ ਫਿਲਮ ਬਹੁਤ ਅੱਛੀ ਦੂਜੀ ਵੀ ਬਣੀ ਸੀ 골ਟ ਜਿਹੜੀ ਬਣੀ ਸੀ ਲੇਕਿਨ ਚੱਕਦੇ ਦੇ ਬਰਾਬਰ ਉਹ ਨਹੀਂ ਚੱਲ ਸકી ਫਿਲਮ ਚਕਲੇ ਚੱਕਦੇ ਨਹੀਂ ਜਿਆਦਾ ਪਪੂਲਰ ਹੋਈ ਹਰ ਲੋਕਾਂ ਨੇ ਉਹਨੂੰ ਬੜੇ ਦਿਲ ਤੋਂ ਉਹ ਕੀਤਾ ਐਕਸੈਪਟ ਕੀਤਾ ਮੈਂ ਮੈਂ ਕੁਝ ਆਖਰੀ ਸਵਾਲ ਤੁਹਾਡੇ ਤੋਂ ਲੈ ਰਿਹਾ ਅ ਸ਼੍ਰੀਜੇਸ਼ ਤੇ ਸਬਿਤਾ ਇਹਨਾਂ ਦੋਨਾਂ ਦਾ ਜ਼ਿਕਰ ਮੈਂ ਕਰਨਾ ਚਾਹੁੰਦਾ ਤੇ ਰੁਪਿੰਦਰਪਾਲ ਤੇ ਗੁਰਜੀਤਕੌਰ ਇਹਨਾਂ ਚਾਰਾਂ ਨੂੰ ਤੁਸੀਂ ਕਿਸ ਫਰੇਮ ਵਿੱਚ ਦੇਖਦੇ ਹੋ ਸ਼ਿਜੇਸ਼ ਮੇਰੇ ਕੋਲ ਵੀ ਬਹੁਤ ਖੇਡਿਆ ਜੁਵਨੈਟਸ ਵੀ ਖੇਡਿਆ ਹੋ ਸੁਜੇਸ਼ ਐਂਡ ਸविता ਬਹੁਤ ਹੀ ਕ੍ਰੂਸ਼ਲ ਰੋਲ ਇਹਨਾਂ ਦਾ ਰਿਹਾ ਦੋਵਾਂ ਦਾ ਟੀਮ ਨੂੰ ਇਸ ਮੁਕਾਮ ਤੇ ਪਹੁੰਚਾਉਣ ਵਾਸਤੇ ਬਹੁਤ ਹੀ ਕ੍ਰੂਸ਼ਲ ਰੋਲ ਰਿਹਾ ਐਸ ਫਾਰ ਐਸ ਜਿਹੜੀ ਡਿਫੈਂਸ ਦੀ ਗੱਲ ਹੈ ਅਸੀਂ ਪਹਿਲਾਂ ਮਾਰ ਖਾਂਦੇ ਸੀ ਗੋਲਕੀਪਿੰਗ ਤੋਂ ਸਾਡੇ ਟਾਈਮ 'ਚ ਵੀ ਰਿਹਾ ਕਿ ਗੋਲਕੀਪਰ ਸਾਡੇ ਜਿਹੜਾ ਨਾ ਥੋੜੇ ਕਮਜ਼ੋਰ ਹੁੰਦੇ ਸੀ ਟੀਮ ਅੱਛੀ ਹੁੰਦੀ ਸੀ ਕਈ ਵਾਰੀ ਮਤਲਬ ਉਸ ਲੈਵਲ ਦੇ ਨਹੀਂ ਹੁੰਦੇ ਸੀ ਕਮਜ਼ੋਰ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਅੱਛੇ ਨਹੀਂ ਹੁੰਦੇ ਲੇਕਿਨ ਗੋਲਕੀਪਿੰਗ ਸਾਡੀ ਥੋੜੀ ਟੈਕਨੀਕਲੀ ਥੋੜੀ ਜੀ ਸਕਿਲਸ ਦੀ ਗੱਲ ਕਰ ਰਿਹਾ ਹਾਂ ਸਕਿਲਸ ਦੀ ਗੱਲ ਕਰ ਰਿਹਾ ਹਾਂ ਹਾਂ ਤੇ ਇਹਨਾਂ ਦੋਵਾਂ ਨੇ ਕੋਈ ਕਥਰ ਨਹੀਂ ਛੱਡੀ ਵੈਦਰ ਇਹ ਗਰਾਉਂਡ 'ਚ ਗੇਮ ਚੱਲ ਰਿਹਾ ਹੈ ਪੈਨਲਟੀ ਕਾਰਨਰ ਹੈ ਕੁਝ ਵੀ ਹੈ ਇਹਨਾਂ ਦੋਵਾਂ ਨੇ ਟੀਮ ਨੂੰ ਹਰ ਜਗ੍ਹਾ ਸਪੋਰਟ ਕੀਤੀ ਔਰ ਜਿਹੜੀ ਉਹਨਾਂ ਦੀ ਟੀਮ ਨੂੰ ਚਾਂਸ ਦੇਣ ਦੀ ਜਿਸ ਆਪਣੀ ਭਾਸ਼ਾ 'ਚ ਅਸੀਂ ਬੋਲਦੇ ਹਾਂ ਕੋਚਿੰਗ ਦੀ ਕਿ ਭਈ ਟੀਮ ਕੋ ਯਾਰ ਚਾਂਸ ਤਾਂ ਦੇ ਕੋਈ ਗੋਲਕੀਪਰ ਕਿ ਭਈ ਜਿਹੜਾ ਵੀ ਆਂਦਾ ਹੈ ਤੇ ਗੋਲਕੀਪਰ ਕਨਸੀਡ ਕਰ ਜਾਂਦਾ ਹੈ ਜਾਂ ਪੈਨਲਟੀ ਕਾਰਨਰ ਦੇ ਦਿੰਦਾ ਤੇ ਇਹਨਾਂ ਨੇ ਚਾਂਸ ਦਿੱਤਾ ਗੋਲਕੀਪਰ ਗੋਲਕੀਪਰਾਂ ਨੇ ਦੋਵਾਂ ਨੇ ਆਪਣੀ ਟੀਮਾਂ ਨੂੰ ਔਰ ਉੱਤੇ ਤੱਕ ਲੈ ਕੇ ਗਏ ਜੀ ਉਸ ਤੋਂ ਬਾਅਦ ਦੂਜੀ ਗੱਲ ਆਉਂਦੀ ਹੈ ਰਪਿੰਦਰਪਾਲ ਔਰ ਗੁਰਜੀਤ ਕੌਰ ਗੁਰਜੀਤ ਜੀ ਗੁਰਜੀਤ ਕੌਰ ਸਮਝ ਲਓ ਤੁਸੀਂ ਇੱਕ ਜਿਹੜਾ ਹੈ ਹਾਲਾਂਕਿ ਬਿਲਕੁਲ ਨਵੀਂ ਪਲੇਅਰ ਨਹੀਂ ਹੈ ਉਹ ਲੇਕਿਨ ਇਸ ਟੂਰਨਾਮੈਂਟ ਚ ਇਸ 올림픽 ਚ ਇੱਕ ਖੋਜ ਹੈ ਉਹ ਡਿਪੈਂਡੇਬਲ ਖੋਜ ਜਿਹਨੂੰ ਕਹਿੰਦੇ ਆ ਖੇਡ ਐਸ ਵੈਲ ਐਸ ਸਕੋਰ ਐਸ ਡਿਫੈਂਡਰ ਖੇਡਣਾ ਉਹਦਾ ਉਸ ਤੋਂ ਬਾਅਦ ਸਕੋਰਿੰਗ ਉਹਨੇ ਜਿਹੜੇ ਕ੍ਰੂਸ਼ਲ ਮੈਚ ਸੀ ਇਹ ਲਾਸ ਦੇ 2-3 ਉਹਨੇ ਸਕੋਰ ਕੀਤੇ ਗੁਰਜੀਤ ਕੌਰ ਨੇ ਤੇ ਉਹ ਜਿਹੜਾ ਹੈ ਉਹਦੇ ਤੇ ਸਾਰਾ ਧਾਰੋਮਦਾਰ ਰਿਹਾ ਸਾਡਾ ਅਸੀਂ ਜਿਹੜਾ ਐਨਐਚ ਜਿੱਤੇ ਵੀ ਮੈਚ ਅੱਜ ਦਾ ਮੈਚ ਅਸੀਂ ਬੇਸ਼ੱਕ ਹਾਰ ਗਏ ਹੁਣ ਲੇਕਿਨ ਗੁਜੀਤ ਦੇ ਗੋਲ ਜਿਹੜੇ ਆ ਉਹ ਕੋਈ ਨਹੀਂ ਭੁੱਲ ਸਕਦਾ ਲੋਕ ਜੀ ਔਰ ਉਹੀ ਗੱਲ ਰੁਪਿੰਦਰ ਦੀ ਵੀ ਹੈ ਰੁਪਿੰਦਰ ਅੱਜ ਦੀ ਹੁਣ ਦੇਖੋ ਦੋ 올림픽 ਖੇਡ ਚੁਕਿਆ ਰੁਪਿੰਦਰ ਔਰ ਰੁਪਿੰਦਰ ਵੀ ਦੋਨੋ ਚੀਜ਼ਾਂ ਚ ਬਹੁਤ ਅੱਛਾ ਹੈ ਹੁਣ ਕਿ ਪੈਨਲਟੀ ਕਨਰ ਤੇ ਗੋਲ ਵੀ ਕਰਦਾ ਹੈ ਉਸ ਤੋਂ ਬਾਅਦ ਐਸ ਡਿਫੈਂਡਰ ਵੀ ਬਹੁਤ ਅੱਛਾ ਖੇਡ ਰਿਹਾ ਹੈ ਤੁਪ ਰੁਪਿੰਦਰ ਨੂੰ ਓਹੀ ਕਰਕੇ ਜਦੋਂ ਮੈਂ ਪਹਿਲੀ ਵਾਰੀ ਹਾਕੀ ਇੰਡੀਆ ਦਾ ਜਿਹੜਾ ਲੀਗ ਹੋਈ ਸੀ ਤੇ ਮੈਂ ਕੋਚ ਸੀਗਾ ਉਦੋਂ ਦਿੱਲੀ ਦਾ ਤੇ ਦਿੱਲੀ ਦੀ ਟੀਮ ਚ ਸਰਦਾਰਾ ਉਹਦਾ ਕਪਤਾਨ ਸੀਗਾ ਤੇ ਅਸੀਂ ਪਹਿਲੇ ਝਟਕੇ ਜਦੋਂ ਪਲੇਅਰਸ ਦੀ ਉਹ ਨਹੀਂ ਕਹਿੰਦੇ ਨਾ ਆਕਸ਼ਨ ਹੋ ਰਹੀ ਸੀ ਤੇ ਉਦੋਂ ਰੁਪਿੰਦਰ ਉੱਤੇ ਆ ਰਿਆ ਸੀ 올림픽 ਖੇਡਿਆ ਸੀ ਉਦੋਂ 12 ਵਾਲਾ ਉੱਤੇ ਆ ਰਿਆ ਸੀ ਤੇ ਅਸੀਂ ਰੁਪਿੰਦਰ ਨੂੰ ਫਟਾਫਟ ਲਿਆ ਇਸੇ ਕਰਕੇ ਹੋਰ ਵੀ ਸਾਡੇ ਕੋਲ ਦੋ ਤਿੰਨ ਪਲੇਅਰ ਸੀਗੇ ਅਸੀਂ ਰੁਪਿੰਦਰ ਨੂੰ ਲਿਆ ਰੁਪਿੰਦਰ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਰੁਪਿੰਦਰ ਨੇ ਦੇਖਿਆ ਔਰ ਦੋਨੋਂ ਜਿਹੜੇ ਐ ਐਜ਼ ਡੈਕ ਫਲਿਕਰ ਐਜ਼ ਡਿਫੈਂਡਰ ਟੀਮ ਦੀ ਚਾਨ ਇੱਕ ਆਖਰੀ ਸਵਾਲ ਕੋ ਸਬ ਹਾਕੀ ਦੇ ਲਈ ਜਿਆਦਾ ਲੀਗਸ ਦੀ ਜ਼ਰੂਰਤ ਹੈ ਜਿਆਦਾ ਕਲੱਬ ਟੂਰਨਾਮੈਂਟਸ ਦੀ ਜ਼ਰੂਰਤ ਹੈ ਤੁਸੀਂ ਇਹ ਮਹਿਸੂਸ ਕਰਦੇ ਹੋ ਬਿਲਕੁਲ ਮਹਿਸੂਸ ਕਰਦਾ ਹਾਂ ਜਿਹੜੀ ਡੋਮੈਸਟਿਕ ਹਾਕੀ ਹੈ ਉਹ ਕਿਸੇ ਵੀ ਗੇਮ ਨੂੰ ਉੱਤੇ ਚੱਕਣ ਵਾਸਤੇ ਬਹੁਤ ਜ਼ਰੂਰੀ ਹੈ ਤੇ ਸਾਡੇ ਕੋਲ ਤੁਹਾਨੂੰ ਤਾਂ ਪਤਾ ਕਿ ਕਿੰਨੇ 올 ਇੰਡੀਆ ਟੂਰਨਾਮੈਂਟਸ ਹੁੰਦੇ ਸੀ ਹੁਣ ਜਿਨ੍ਹਾਂ ਦਾ ਨੰਬਰ ਬਹੁਤ ਜ਼ਿਆਦਾ ਘਟ ਗਿਆ ਹੈ ਕੁਝ ਟੂਰਨਾਮੈਂਟ ਸਾਡੀ ਗੱਲ ਹੁੰਦੀ ਹੈ ਉਹਨਾਂ ਨਾਲ ਵੀ ਜਿਹੜੇ ਟੂਰਨਾਮੈਂਟ ਕਰਾਉਂਦੇ ਸੀ ਲੋਕੀ ਉਹ ਵੀ ਕਹਿੰਦੇ ਜੀ ਇਤਨੇ ਖਰਚੇ ਹੋ ਗਏ ਹਨ ہمارے پاس ਸਪான்ਸਰ ਨਹੀਂ ਮਿਲਦਾ ਅਸੀਂ ਹਮ ਕਿਵੇਂ ਕੰਟੀਨਿਊ ਕਰੇ ਟੂਰਨਾਮੈਂਟ ਕੋ ਤੇ ਇਸ ਕਰਕੇ ਇੱਕ ਕਲੱਬ ਲੈਵਲ ਦੀ ਹਾਕੀ ਜਿਹੜੀ ਹੈ ਔਰ ਲੀਗ ਵੀ ਜਿਵੇਂ ਚੱਲ ਰਹੀ ਸੀ ਲੀਗ ਨੇ ਬੜੀ ਸਾਡੇ ਪਲੇਅਰਾਂ ਨੂੰ ਬਣਾਉਣ ਵਾਸਤੇ ਬੜੀ ਸਹਾਇਤਾ ਕੀਤੀ ਹੈ ਤੇ ਕਲੱਬ ਲੈਵਲ ਦੀ ਹਾਕੀ ਡੋਮੈਸਟਿਕ ਹਾਕੀ ਇਹਨੂੰ ਵਧਾਣਾ ਬਹੁਤ ਜ਼ਰੂਰੀ ਹੈ

ਕੋ ਸਭ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਫੇਰ ਤੁਸੀਂ ਦਿਲ ਦੀ ਗੱਲ ਕੀਤੀ ਹੈ ਸਾਡੇ ਮੈਚ ਉਹਨਾਂ ਕੇ ਦਿਲ ਹਾਕੀ ਨਾਲ ਜੁੜਿਆ ਰਹੇ ਸਦਾ ਬਹੁਤ ਧੰਨਵਾਦ ਮਾਦ ਸਾਬ ਬੇਸ਼ੱਕ ਹਮੇਸ਼ਾ ਬਹੁਤ ਬਹੁਤ ਧੰਨਵਾਦ ਚਲੋ ਇਹਨਾਂ ਡਾਕਟਰ ਅਜੇ ਬਾਂਸ ਸਰ ਦਰੁਣਾਚਲ ਰਿਵਾਟੀ ਨੇ ਬਹੁਤ ਇਹਨਾਂ ਨੇ ਹਾਕੀ ਦੇਖੀ ਹੈ ਹਾਕੀ ਖੇਡੀ ਹੈ ਹਾਕੀ ਖੜਾਈ ਹੈ ਬੜੇ ਖਿਡਾਰੀ ਪੈਦਾ ਕੀਤੇ ਆ ਬਹੁਤ ਯਾਰਪਾ ਇਹਨਾਂ ਨੂੰ ਪਰ ਜਿਹੜੇ ਸਾਡੇ ਨੀਤੀਕਾਰ ਆ ਉਹਨਾਂ ਨੂੰ ਸੋਚਣਾ ਪਵੇਗਾ ਜਿਹੜੇ ਮੁੰਡੇ ਕੁੜੀਆਂ ਗੋਲ ਕਰਦੇ ਪਏ ਆ ਉਹਨਾਂ ਦੇ ਗੋਲ ਅਸਲ ਵਿੱਚ ਕੀ ਹੈ ਜੇ ਉਹਨਾਂ ਦੇ ਗੋਲ ਨਿਰਧਾਰਤ ਕਰਨ ਲਈ ਚੰਗੀ ਨੀਤੀ ਬਣੋਕੀ ਅੱਜ ਦੀ ਗੱਲ ਨਾ ਕਰੋ ਅੱਜ ਕਰੋੜਾਂ ਰੁਪਏ ਤੁਹਾਨੂੰ ਦੇ ਰਿਹਾ ਮੈਂ ਉਸ ਦਾ ਵਿਰੋਧ ਨਹੀਂ ਕਰਦਾਗਾ ਮੈਂ ਉਸ ਤੋਂ ਪਹਿਲਾਂ ਵੀ ਇਨਾਮਾਂ ਦੀ ਚੜੀ ਲੱਗਤੀ ਦੇਖੀ ਹੈ ਉਹ ਵੀ ਦੇਖਿਆ ਜਦੋਂ ਇਨਾਮ ਅਨਾਉਂਸ ਹੁੰਦੇ ਆ ਤੇ ਮਿਲਦੇ ਤੱਕ ਨਹੀਂ ਕੇ ਉਹ ਵੀ ਸਮਾਂ ਅਸੀਂ ਦੇਖਿਆ ਪਰ ਅੱਜ ਇਹਨਾਂ ਨੂੰ ਇਨਾਮ ਸਨਮਾਨ ਦੇ ਨਾਲ ਉਸ ਪੱਦਰ ਦੀ ਹਾਕੀ ਦੀ ਉਸ ਪੱਦਰ ਦੇ ਐਸਟਰ ਟਰਫ ਉਸ ਪੱਦਰ ਦੇ ਗਰਾਊਂਡ ਦੀ ਜ਼ਰੂਰਤ ਹੈ ਉਸ ਪੱਦਰ ਦੀ ਸ਼ੈਲੀ ਜ਼ਰੂਰਤ ਹੈ ਕਿਉਂਕਿ ਸਾਡੀ ਜਿਹੜੀ ਹਾਕੀ ਦੀ ਸ਼ੈਲੀ ਹੈ ਬਹੁਤ ਹਮੇਸ਼ਾ ਤੋਂ ਦੁਨੀਆ ਦੇ ਲਈ ਚੁਣੌਤੀ ਰਹੀ ਹੈ ਸਾਡੀ ਸ਼ੈਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਜਦੋਂ ਅਸੀਂ ਆਪਦੀ ਸ਼ੈਲੀ ਛੱਡ ਕੇ ਦੂਜੇ ਦੀ ਸ਼ੈਲੀ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਦੀ ਵਿਰਾਸਤ ਜਿਹੜੀ ਉਹਨੂੰ ਵੀ ਗਵਾ ਦਿੰਨੇ ਹਾਂ ਅਸੀਂ ਸਾਨੂੰ ਆਪਦੀ ਵਿਰਾਸਤ ਸੰਬੰਧੀ ਜ਼ਰੂਰਤ ਹੈ ਕਿ ਹੈ ਪੰਜਾਬ ਦੇ ਵਿੱਚ ਕੰਟੋਰਨਮੈਂਟ ਏਰੀਆ ਦੇ ਆਸ-ਪਾਸ ਹਾਕੀ ਜਿਹੜੀ ਅੱਗੇ ਵਧੀ ਹੈ ਇਹਨੂੰ ਪਿੰਡਾਂ ਦੀ ਗੇਮ ਕਿਹਾ ਜਾਂਦਾ ਹੈ ਹਰਿਆਣਾ ਦੇ ਪਿੰਡਾਂ ਦੀਆਂ ਸੱਤਾਂ ਦੇ ਵਿੱਚੋਂ ਇਹ ਕੁੜੀਆਂ ਅੱਕੇ ਵਧੀਆਂ ਮੁੰਡੇ ਅੱਕੇ ਵਧੇ ਆ ਹੋਰ ਵੀ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਇਸ ਗੇਮ ਨੂੰ ਬਹੁਤ ਪਿਆਰ ਕੀਤਾ ਜਾਂਦਾ ਪਰ ਜੇ ਇਸ ਗੇਮ ਨਾਲ ਦਿਲੋਂ ਪਿਆਰ ਕਰਦਾ ਕੋਈ ਵੀ ਚਾਹੇ ਉਹ ਨੀਤੀਕਾਰਾ ਚਾਹੇ ਉਹ ਸਵਾਲ ਚੁੱਕਣ ਵਾਲਾ ਚਾਹੇ ਸਪான்ਸਰ ਆ ਚਾਹੇ ਮੀਡੀਆ ਵਰਗਾ ਸਾਡੇ ادارے ਹੈ ਉਹਨਾਂ ਸਾਰਿਆਂ ਨੂੰ ਇਹ ਸਵਾਲ ਆਪਦੇ ਆਪ ਨੂੰ ਕਰਨਾ ਚਾਹੀਦਾ ਹੈ ਟੋਕੀਓ ਤੋਂ ਹਾਕੀ ਤਾਂ ਬਹੁਤ ਕੁਝ ਲੈ ਆਈ ਹੈ ਤੇ ਬਾਕੀ ਤੁਹਾਡੇ ਕੋਲ ਹੈ ਕਿ ਤੁਸੀਂ ਹਾਕੀ ਨੂੰ ਦੇਣਾ ਕੀ ਹੈ ਬਹੁਤ ਧੰਨਵਾਦ